ਗੁਰੂ ਰਵਿਦਾਸ ਜੀ ਬੇਗਮਪੁਰ ਦਾ ਨਾਰਾ ਲਾ ਦਿੱਤਾ ਗੁਰੂ ਕਬੀਰ ਆਜ਼ਾਦੀ ਵਾਲਾ ਬਿਗਲ বাজਾ ਦਿੱਤਾ ਬਾਣੀ ਦੇ ਵਿੱਚ ਲਿਖਿਆ ਨਾਮ ਨਿਸ਼ਾਨ ਬਜ਼ੁਰਗਾਂ ਦਾ ਫੁੱਲ ਕਿਤੇ ਨਾ ਜਾਈਏ ਜੀ ਇਹਿਸਾਨ ਬਜ਼ੁਰਗਾਂ ਦਾ ਫੁੱਲ ਕਿਤੇ ਨਾ ਜਾਈਏ ਜੀ ਇਹਿਸਾਨ ਬਜ਼ੁਰਗਾਂ ਦਾ ਕ੍ਰਾਂਤੀ ਟੀਵੀ ਦੇਖ ਰਹੇ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਰਤ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕ੍ਰਾਂਤੀ ਟੀਵੀ ਦੇ ذریعے ਨਵੇਂ ਤੋਂ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ ਹੈ ਆਪਾ ਪ੍ਰੋਗਰਾਮ ਕੌਮ ਦੇ ਹੀਰੇ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਹੈ ਔਰ ਅੱਜ ਅਸੀਂ ਅਜਿਹੀ ਮਹਾਨ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਆਪਣੀ ਬਕਰੀ ਗਾਇਕੀ ਦੀ ਤਾਂ ਗਜਮਾਈ ਹੈ ਔਰ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਔਰ ਉਸ ਦਾ ਨਾਮ ਹੈ ਕੰਠ ਕਲੇਰਜੀਆ ਉਹ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕੰਸਪ ਜੈ ਗੁਰਦੀਪ ਜੀ ਜੈਪੀਮ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਕ੍ਰਾਂਤੀ ਟੀਵੀ ਦੇਖਣ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਗੁਰਦੇਵ ਧੰਗੁਰਦੇਵ ਔਰ ਜੈਪੀ ਕੰਨ ਸਾਹਿਬ ਅੱਜ ਅਸੀਂ ਕ੍ਰਾਂਤੀ ਟੀਵੀ ਦੇ ਜ਼ਰੀਏ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ ਕੌਮ ਦੇ ਹੀਰੇ ਜਿਸ ਦੇ ਵਿੱਚ ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਜ ਨੂੰ ਗਾਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਗਾਇਆ ਔਰ ਆਪਣੀ ਪੰਜਾਬੀ ਮਾਂ ਬੋਲੀ ਨੂੰ ਜੀਵਤ ਰੱਖਿਆ ਔਰ ਅੱਜ ਅਸੀਂ ਤੁਹਾਡੇ ਵਿਚਕਾਰ ਬਿ ਆਏ ਹਾਂ ਔਰ ਪਹਿਲ ਸਭ ਤੋਂ ਪਹਿਲਾਂ ਤੁਸੀਂ ਕ੍ਰਾਂਤੀ ਟੀਵੀ ਆਪਣੇ ਚਾਹਣ ਵਾਲਿਆਂ ਨੂੰ ਇੱਕ ਛੋਟਾ ਜਿਹਾ ਸੰਦੇਸ਼ ਦਿਓ ਜੀ ਆਹ ਇਹੀ ਹੈ ਜੀ ਹਮੇਸ਼ਾ ਪਿਆਰ ਕਰਦੇ ਆ ਸਤਿਕਾਰ ਦਿੰਦੇ ਨੇ ਮੈਂ ਜਿੱਥੇ ਮੇਰੇ 20 ਸਾਲ ਹੋ ਗਏ ਕੈਰੀਅਰ ਨੂੰ ਸ਼ੁਰੂ ਹੋਏ ਨੂੰ ਔਰ 20 ਸਾਲਾਂ ਦੇ ਦੌਰਾਨ ਜਿੱਥੇ ਮੈਂ ਕਮਰਸ਼ੀਅਲ ਬਹੁਤ ਸਾਰੇ ਗੀਤ ਗਾਏ ਆ ਜੀ ਤੇ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਵੀ ਜਿਸ ਕੌਮ ਚ ਮੈਂ ਪੈਦਾ ਹੋਇਆ ਜੀ ਉਹਦੇ ਲਈ ਵੀ ਮੇਰਾ ਕੁਝ ਨਾ ਕੁਝ ਫਰਜ਼ ਬਣਿਆ ਬਣਦਾ ਤੇ ਮੈਂ ਹਰ ਸਾਲ ਕੋਸ਼ਿਸ਼ ਕੀਤੀ ਆ ਜੀ ਕਿ ਕੋਈ ਨਾ ਕੋਈ ਗੁਰਮਾਰ ਦੀ ਟੇਪ ਕਰਾਂ ਬਾਬਾ ਸਾਹਿਬ ਦਾ ਕੋਈ ਗੀਤ ਕਰਾਂ ਹਮੇਸ਼ਾ ਕਰਦੇ ਆਏ ਆ ਔਰ ਕਿਉਂਕਿ ਜੇ ਮੈਂ ਹਰ ਇੰਟਰਵਿਊ ਚ ਕਹਿਣਾ ਹੁੰਦਾ ਵੀ ਜੇ ਮੈਂ ਕੋਈ ਨੇਤਾ ਹੁੰਦਾ ਤਾਂ ਕੁਝ ਹੋਰ ਕਰਦਾ ਕਰਦਾ ਬਿਲਕੁਲ ਜੇ ਮੈਂ ਕੋਈ ਡਾਕਟਰ ਹੁੰਦਾ ਤਾਂ ਕੋਈ ਕੁਝ ਹੋਰ ਕੰਮ ਕਰਕੇ ਭਲਾਈ ਕਰਦਾ ਹੁਣ ਮੈਂ ਗਾਇਕਾਂ ਤੇ ਮੈਂ ਆਪਣੀ ਆਵਾਜ਼ ਦੇ ذریعے ਕੋਈ ਨਾ ਕੋਈ ਸੰਦੇਸ਼ ਦੇ ਸਕਦਾ ਕੋਈ ਨਾ ਕੋਈ ਜਿਹੜੀ ਸਮਾਜ ਨੂੰ ਸੇਧ ਦੇ ਸਕਦਾ ਸੋ ਕਾਫੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆਂ ਔਰ ਸੰਗਤਾਂ ਵੱਲੋਂ ਬੜਾ ਪਿਆਰ ਮਿਲਿਆ ਕਿ ਕਿ ਹਮੇਸ਼ਾ ਜਦੋਂ ਵੀ ਮੇਰੀ ਕੋਈ ਨਵੀਂ ਐਲਬਮ ਆਉਂਦੀ ਹੈ ਗੁਰਮਾਰਜ ਦੀ ਤੇ ਸੰਗਤ ਬਹੁਤ ਉਡੀਕ ਕਰਦੀਆਂ ਤੇ ਬਹੁਤ ਪਿਆਰ ਬਖਸ਼ਦੀਆਂ ਤੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਜਿਹੜੇ ਸਾਡੇ ਕੌਮ ਦੇ ਨਵੇਂ-ਨਵੇਂ ਸਿੰਗਰ ਆ ਹਮੇਸ਼ਾ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਨਾਲ ਅੱਗੇ ਤੋਂ ਅੱਗੇ ਹੌਸਲਾ ਬਧਾਓ ਜੀ ਇਕਾਂਤ ਸਾਹਿਬ ਅੱਜ ਤੁਹਾਡਾ ਪੂਰੀ ਦੁਨੀਆ ਦੇ ਉੱਪਰ ਨਾਮ ਹੈ ਬੱਚੇ-ਬੱਚੇ ਤੇ ਜਵਾਨ ਤੇ ਤੁਹਾਡਾ ਨਾਮ ਹੈ ਕਿ ਕਾਂਠ ਕਲੀਅਰ ਕਾਂਠ ਕਲੀਅਰ ਔਰ ਜਿਹੜਾ ਤੁਹਾਡਾ ਸਫਰ ਹੈ ਇਹ ਕਿ ਤੁਸੀਂ ਸਿੰਗਿੰਗ ਲੈਂਡ ਤੋਂ ਅੱਜ ਤੁਸੀਂ ਪੀਟੀਸੀ ਤੇ ਜੱਜਸ ਵੀ ਬਣ ਕੇ ਬੈਠੇ ਹੁੰਦੇ ਆਂ ਹਰ ਇੱਕ ਭੈਣ ਦੀ ਜਵਾਨ ਤੇ ਬੋਲੁੰਦਾ ਕਿ ਕੰਠ ਕਲੇਰ ਸਾਡਾ ਵੀਰ ਦੇਖੋ ਪੀਟੀਸੀ ਤੇ ਹਰ ਇੱਕ ਮਾਂ ਦੇ ਜਵਾਨ ਤੇ ਇਹ ਗੱਲ ਹੁੰਦੀ ਹੈ ਕਿ ਸਾਡਾ ਪੁੱਤਰ ਕੰਠ ਕਲੇਰ ਇਹ ਇਹ ਸਫਰ ਤੁਹਾਡਾ ਕਿਵੇਂ ਤਿਆ ਹੋਇਆ ਪਹਿਲੀ ਗੱਲ ਤਾਂ ਇਹ ਦੁਆਵਾਂ ਹੀ ਆ ਜੀ ਸਾਰਿਆਂ ਦੀਆਂ ਹਨਾ ਜਿਹੜੇ ਵੀ ਲੋਕ ਦੁਆ ਕਰਦੇ ਆ ਪਿਆਰ ਕਰਦੇ ਆ ਨਾ ਉਹਨਾਂ ਨੂੰ ਸਲਾਮ ਤੇ ਉਹਨਾਂ ਦੀਆਂ ਦੁਆਵਾਂ ਸਦਕਾ ਹੀ ਆਪਾਂ ਜੋ ਵੀ ਕੰਮਕਾਰ ਕਰਦੇ ਆ ਨਾ ਉਹਨੂੰ ਭਾਗ ਲੱਗਦੇ ਆ ਜਿਹਦੇ ਨਾਲ ਦੁਆਵਾਂ ਆ ਤੇ ਉਹ ਜੋ ਵੀ ਕੰਮ ਕਰਦਾ ਉਹ ਕਬੂਲਿਆ ਜਾਂਦਾ ਸੋ ਉਹਲੇ ਜਿਹੜੇ ਲੋਕ ਸਾਡੇ ਲਈ ਦੁਆਵਾਂ ਕਰਦੇ ਨੇ ਪਿਆਰ ਕਰਦੇ ਨੇ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਦਾਂ ਕਿ ਜਦੋਂ ਵੀ ਕੋਈ ਕੰਪੀਟੀਸ਼ਨ ਹੁੰਦਾ ਆ ਆ ਜਦੋਂ ਵੀ ਤੁਸੀਂ ਆਪਣਾ ਜੋ ਕੋਈ ਕੈਰੀਅਰ ਆਪਣਾ ਤੁਸੀਂ ਸ਼ੁਰੂ ਕੀਤਾ ਕੋਈ ਮਕਾਮ ਹਾਸਲ ਕਰਦੇ ਹੋ ਤੇ ਕਿਤੇ ਨਾ ਕਿਤੇ ਜਿਸ ਕੰਮ ਦੇ ਵਿੱਚ ਕਹਿੰਦੇ ਆ ਵੀ ਕੰਮ ਉਹੀ ਆ ਵੀ ਜਿਸ ਕੰਮ ਨੂੰ ਤੁਸੀਂ ਕਰਦੇ ਨਾ ਉਹ ਚ ਉਹ ਤਾਂ ਉਹ ਜਾਨਣਾ ਜ਼ਰੂਰੀ ਹੈ ਇਹ ਨਹੀਂ ਕਿ ਕੋਈ ਕੰਮ ਸ਼ੁਰੂ ਕੀਤਾ ਤੁਸੀਂ ਥੋੜੇ ਜਿਹਾ ਅਧੂਰੇ ਹੋਣਾ ਵੈਸੇ ਤਾਂ ساری ਜ਼ਿੰਦਗੀ ਬੰਦਾ ਪੂਰਾ ਹੁੰਦਾ ਨਹੀਂ ਲੇਕਿਨ ਕੀ ਹੁੰਦਾ ਕਿ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਜੇ ਉਸ ਕੰਮ ਨੂੰ ਥੋੜੀ ਜਿਹਾ ਤੁਸੀਂ ਜਾਣ ਲੈਨੇ ਨਾ ਫਿਰ ਉਹਦੀ ਤੁਹਾਡੀ ਬੁੱਕਤ ਹੋ ਜਾਂਦੀ ਹੈ ਕਿਉਂਕਿ ਜਿਵੇਂ ਕੋਈ ਵੀ ਨਵਾਂ ਸਿੰਗਰ ਆਉਂਦਾ ਮੈਂ ਕਹਿਣਾ ਹੁੰਦਾ ਯਾਰ ਜੇ ਬਹੁਤੀ ਰਾਗ ਨਹੀਂ ਸਿੱਖਣੇ ਥੋੜੇ ਜਿਹਾ ਸਿੱਖ ਲਓ ਤੁਹਾਨੂੰ ਕਮ ਸੇ ਕਮ ਪਤਾ ਹੋਵੇ ਵੀ ਤੁਸੀਂ ਕਿਹੜੇ ਰਾਗ ਚ ਗਾਉਣਾ ਕਿਹੜੇ ਸੁਰ ਤੱਕ ਤੁਹਾਡੀ ਆਵਾਜ਼ ਦਿੰਦੀ ਸੋ ਇੰਨੀ ਕ ਜਾਣਕਾਰੀ ਸਾਨੂੰ ਹੋਈ ਆ ਇਸ ਕਰਕੇ ਸਾਡੀ ਥੋੜੀ ਜਿਹੀ ਬੁੱਕਤ ਪਈ ਆ ਜਿਹੜੇ ਉੱਥੇ ਬੱਚੇ ਆਉਂਦੇ ਆ ਵਾਇਸ ਆਫ ਪੰਜਾਬ ਦੇ ਵਿੱਚ ਉਹਨਾਂ ਨੂੰ ਜੱਜਮੈਂਟ ਕਰਨ ਦਾ ਮੌਕਾ ਮਿਲਦਾ ਔਰ ਉਸੇ ਜ਼ਰੀਏ ਕਿਉਂਕਿ ਹੁਣ ਅਸੀਂ ਕਮਰਸ਼ੀਅਲ ਇੰਨੇ ਹੋ ਗਏ ਆ ਕਦੇ ਇੰਟਰਵਿਊ ਕਦੇ ਲਾਈਵ ਸ਼ੋਅ ਕਦੀ ਅਬਰੌਡ ਦੇਸ਼ੋਂ ਦੌੜ ਭੱਜ ਜ਼ਿੰਦਗੀ ਦੀ ਲੱਗੀ ਆ ਹੁਣ ਜਿਵੇਂ ਮੈਂ 4 4 6 6 ਘੰਟੇ ਰਿਆਜ਼ ਕਰਦਾ ਹੁੰਦਾ ਸੀ ਉਹ ਹੁਣ ਹੁੰਦਾ ਨਹੀਂ ਹੁਣ ਜਿਹੜਾ ਊੜਾ ਜਿਹੜਾ ਸ਼ੁਰੂ ਕੀਤਾ ਸੀ ਉਹ ਹੁਣ ਹੁੰਦਾ ਨਹੀਂ ਤੇ ਜਦੋਂ ਹੁਣ ਬੱਚਿਆਂ ਨੂੰ ਸਾਨੂੰ ਫਿਰ ਸਾਨੂੰ ਫਿਰ ਊੜੇ ਆੜੇ ਤੋਂ ਉਹਨਾਂ ਨੂੰ ਦੱਸਣਾ ਪੈਂਦਾ ਸਮਝਾਉਣਾ ਪੈਂਦਾ ਉਹਦੇ ਨਾਲ ਫਿਰ ਸਾਡਾ ਵੀ ਰਿਵਿਊ ਹੁੰਦਾ ਤੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਪ੍ਰਾਣੀ ਆਜ਼ਾਦਾਂ ਇਹਦੇ ਵਿੱਚ ਤਾਜ਼ੀਆਂ ਹੋ ਜਾਂਦੀਆਂ ਬਿਲਕੁਲ ਉਹ ਚੰਗੀ ਗੱਲ ਹੈ ਜਿੱਥੇ ਅਸੀਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਆ ਇਦਾਂ ਦਾ ਕੋਈ ਮੌਕਾ ਨਹੀਂ ਸੀ ਇਦਾਂ ਦਾ ਪਲੇਟਫਾਰਮ ਨਹੀਂ ਸੀ ਔਰ ਜਿਹੜੇ ਟੈਲੈਂਟਡ ਬੱਚੇ ਹਨ ਉਹਨਾਂ ਨੂੰ ਇੱਕ ਬਹੁਤ ਅੱਛਾ ਮੌਕਾ ਮਿਲਦਾ ਔਰ ਹਮੇਸ਼ਾ ਜਿਹੜੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਹਨ ਨਾ ਜਿਹੜੇ 뮤직 ਨੂੰ ਸਿੱਖਦੇ ਆ 뮤직 ਨੂੰ ਪਿਆਰ ਕਰਦੇ ਆ ਲੇਕਿਨ ਉਹਨਾਂ ਕੋਲ ਪੈਸਾ ਨਹੀਂ ਪੈਸਾ ਨਹੀਂ ਉਹਨਾਂ ਨੂੰ ਕੋਲ ਉਹਨਾਂ ਕੋਲ ਮੌਕਾ ਨਹੀਂ ਉਹ ਜਿਹੜਾ ਪਲੇਟਫਾਰਮ ਜਦੋਂ ਮੌਕਾ ਮਿਲਦਾ ਬੱਚਿਆਂ ਨੂੰ ਉਹ ਫਿਰ ਅੱਗ ਲਾਉਂਦੇ ਆ ਪੂਰੀ ਤਰ੍ਹਾਂ ਉਹਨੂੰ ਮੌਕੇ ਨੂੰ ਜੁਟੀਲਾਈਜ਼ ਕਰਦੇ ਆ ਔਰ ਉਹ ਛਾ ਜਾਂਦੇ ਆ ਸੋ ਇਸ ਵਾਰ ਵੀ ਜਿਹੜਾ ਸਾਡਾ ਵੋਇਸ ਆ ਪੰਜਾਬ ਹੋਣ ਦੇ ਵਿੱਚ ਵੀ ਬਹੁਤ ਲੋਅਰ ਕਲਾਸ ਦੇ ਗਰੀਬ ਪਰ ਦੇ ਜਿਹੜੇ ਬੱਚੇ ਆ ਉਹ ਬੱਚੇ ਬਹੁਤ ਹੀ ਸੁਰੀਲਾ ਗਾਉਂਦੇ ਸੀ ਤੇ ਉਹ ਸਭ ਤੋਂ ਅੱਗੇ ਵੀ ਹੋਈ ਆਏ ਨੇ ਸੋ ਮੈਂ ਕਹਿੰਨਾ ਵੀ ਪੀਟੀਸੀ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਜੋ ਵੀ ਇਦਾਂ ਦੇ ਕੋਈ ਰੈਲਿਟੀ ਸ਼ੋ ਕਰਾਉਂਦੇ ਆ ਉਹਨਾਂ ਦੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਕੰਨ ਸਭ ਤੁਹਾਡਾ ਜਨਮ ਕਦੋਂ ਔਰ ਕਿੱਥੇ ਹੋਇਆ ਜੀ ਮੇਰਾ ਜਨਮ ਆ ਜੀ ਨਕੋਦਰ ਸ਼ਹਿਰ ਜੀ ਨਕੋਦਰ ਨੂੰ ਨੇਕੀ ਦਾ ਦਰ ਵੀ ਕਹਿੰਦੇ ਆ ਇੱਥੇ ਪੀਰਾ ਪੀਰਾ ਫਕੀਰਾਂ ਦੀਆਂ ਜਿਹੜੀਆਂ ਦਰਗਾਹਾਂ ਆ ਕਿ ਦੂਰ ਦਰਾਡੇ ਤੋਂ ਪੂਰੇ ਵਰਲਡ 'ਚ ਲੋਕ ਸਜਦਾ ਕਰਨ ਆਉਂਦੇ ਆ ਸੋ ਨੇਕੀ ਦਾ ਦਰ ਨਕੋਦਰ ਸ਼ਹਿਰ ਇੱਥੇ ਅਸੀਂ ਜੁਆਇੰਟ ਫੈਮਲੀ ਅਸੀਂ ਸਾਰੇ ਭਰਾ ਇਕੱਠੇ ਆ ਇੱਕ ਛੱਤ ਦੇ ਥੱਲੇ ਅਸੀਂ ਰਹਿੰਦੇ ਆ ਤੇ ਇਦਾਂ ਹੀ ਮਾਲਕਮੇਸ਼ਾ ਜੁਆਇੰਟ ਹੀ ਰੱਖੇ ਫੈਮਲੀ ਵਿੱਚ ਕੋਣ ਕੋਣਾਂ ਕਨਸੈਪਟ ਤੁਹਾਡੇ ਵਿੱਚ ਫੈਮਲੀ ਵਿੱਚ ਮਮ ਡੈਡ ਦੋ ਮੇਰੇ ਬ੍ਰਦਰ ਆ ਛੋਟੇ ਅਸੀਂ ਤਿੰਨੇ ਮੈਰਿਡ ਆ ਤੇ ਬਾਕੀ ਬਸ ਇਕੱਠੇ ਹੀ ਆਸੀਂ ਸਾਰੇ ਜੀ 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 ਜਦੋਂ ਤਿੰਨ ਕਮਰਲੇ ਦਾ ਘਰ ਸੀ ਉਦੋਂ ਵੀ ਅਸੀਂ ਇਕੱਠੇ ਸੀ ਹੁਣ ਥੋੜਾ ਜਿਹਾ ਵੱਡਾ ਹੁਣ ਵੀ ਇਕੱਠੇ ਹਾਂ ਬਿਲਕੁਲ ਜੀ ਇੱਕ ਇਦਾਂ ਹੀ ਇੱਕ ਕ੍ਰਾਂਤੀ ਟੀਵੀ ਵੀ ਇਹੀ ਆਸ ਰੱਖੇਗਾ ਔਰ ਦੁਆਵਾਂ ਕਰੇਗਾ ਕਿ ਤੁਹਾਡਾ ਤਿੰਨਾ ਭਰਾਵਾਂ ਦਾ ਔਰ ਤੁਹਾਡੀ ਪੂਰੀ ਫੈਮਿਲੀ ਦਾ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਔਰ ਕੰਨ ਸਾਹਿਬ ਤੁਸੀਂ ਅੱਜ ਸਿੰਗਿੰਗ ਲੈਂਡ ਦੇ ਵਿੱਚੋਂ ਔਰ ਅੱਜ ਅਸੀਂ ਤੁਹਾਡੀ ਇੱਕ ਸਟੇਜ ਵੀ ਸੁਣੀ ਸੀ ਕਿ ਤੁਸੀਂ ਆਪਣੇ ਦੱਸਿਆ ਕਿ ਮੈਂ ਦਿਹਾੜੀਆਂ ਕਰ ਕਰਕੇ ਮੈਂ ਬਹੁਤ ਮਿਹਨਤ ਕੀਤੀ ਇਸ ਦੇ ਵਿੱਚ ਦੇਖੋ ਆਪਣੀ ਕੌਮ ਦੇ ਵਿੱਚ ਨਾ ਬਹੁਤ ਘੱਟ ਲੋਕ ਨੇ ਜਿਹੜੇ ਬਹੁਤ ਰਿਚ ਫੈਮਿਲੀ ਨਾਲ ਜੁੜੇ ਹੋਏ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਦੋਂ ਹੋਣੀ ਆ ਥੋੜਾ ਜਿਹਾ ਦੌਰ ਸਾਡਾ ਠੀਕ ਹੋਣ ਲੱਗਾ ਕਿਉਂਕਿ ਸਾਡੇ ਲੋਕ ਹੁਣ ਬਾਹਰ ਗਏ ਬਿਲਕੁਲ ਜੀ ਪਹਿਲਾਂ ਥੋੜਾ ਜਿਹਾ ਇੰਗਲੈਂਡ ਚ ਗਏ ਫਿਰ ਹੁਣ ਕੈਨੇਡਾ ਵਿੱਚ ਅਮਰੀਕਾ ਚ ਗਏ ਨਹੀਂ ਤਾਂ ਪਹਿਲਾਂ ਸਾਡੇ ਲੋਕ ਦਾ ਦਵਾਈ ਸੂਦੀ ਅਰਮੀ ਸੂਦੀ ਅਮਜਾ ਹਾਂਜੀ 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 ਸੋ ਹੁਣ ਥੋੜੇ ਜਿਹੇ ਹਾਲਾਤ ਸੁਧਰਨੇ ਸ਼ੁਰੂ ਹੋਏ ਆ ਜਾਂ ਲੋਕਾਂ ਨੇ ਪੜ੍ਹਨਾ ਸ਼ੁਰੂ ਕੀਤਾ ਬਿਲਕੁਲ ਜੀ ਪੜ੍ਹ ਕੇ ਲੋਕ ਆਫੀਸਰ ਲੱਗ ਆਏ ਜੀ ਜੀ ਸੋ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਵੀ ਬਹੁਤ ਮੀਡਲ ਕਲਾਸ ਫੈਮਿਲੀ ਦੇ ਵਿੱਚੋਂ ਸੀ 10ਵੀਂ ਦੀਆਂ ਕਿਤਾਬਾਂ ਲੈਣ ਨੂੰ ਪੈਸੇ ਨਹੀਂ ਸੀ ਜਦੋਂ ਕਾਲਜ ਲੱਗਣਾ ਸੀ ਤੇ ਉਹ ਉਹਦੇ ਲਈ ਫਿਰ ਜਦੋਂ ਵਿਹਲੇ ਹੁੰਦੇ ਸੀ ਜਦੋਂ ਕਾਲਜ ਵੱਲੋਂ ਜਾਂ ਸਕੂਲ ਵੱਲੋਂ ਛੁੱਟੀਆਂ ਹੋਣੀਆਂ ਤੇ ਜੋ ਵੀ ਕੰਮ ਮਿਲਿਆ ਜੀ ਲੱਭਿਆ ਉਹ ਹੀ ਕਰ ਲੈਣਾ ਕਦੇ ਸੰਗੇ ਨਹੀਂ ਸੀ ਕਦੇ ਸ਼ਰਮ ਨਹੀਂ ਸੀ ਆਈ ਵੀ ਯਾਰ ਬਜਰੀ ਦਾ ਟਰੱਕ ਲਾਉਣਾ ਪੈਣਾ ਫਿਰ ਕੀ ਹੋਇਆ ਚਲੋ ਕਈਆਂ ਫੜੋ ਵੀ ਲਾਓ ਬਜਰੀ ਦਾ ਟਰੱਕ ਠੀਕ ਨਹੀਂ ਕੋਈ ਵੀ ਕੰਮ ਮਿਲਦਾ ਸੀ ਨਾ ਜਿੱਚ ਹੁੰਦਾ ਵੀ 4 ਪੈਸੇ ਮਿਲਣੇ ਮੇਰੇ ਕਿਤੇ ਕੰਮ ਆਉਣਗੇ ਜੀ ਠੀਕ ਆ ਮਾਪੇ ਤਾਂ ਇਹ ਸੀਗਾ ਕਿ ਸਾਡਾ ਰੋਜ਼ੀ ਰੋਟੀ ਦਾ ਜੁਗਾਰ ਰੋਟੀ ਦਾ ਬਿਲਕੁ ਤੇ ਉਹ ਬਹੁਤੀਆਂ ਸਾਡੀਆਂ ਖਵਾਸ਼ਾਂ ਪੂਰੀਆਂ ਨਹੀਂ ਸੀ ਕਰ ਸਕਦੇ ਤੇ ਚਲੋ ਉਹਨਾਂ ਦੀਆਂ ਦੁਆਵਾਂ ਨਾਲ ਮਾਲਕ ਨੇ ਮੇਰੀਆਂ ਹੁਣ ਸਾਰੀਆਂ ਖਵਾਸ਼ਾਂ ਪੂਰੀਆਂ ਕਰ ਦਿੱਤੀਆਂ ਹਾਂਜੀ ਕੰਨ ਸਾਹਿਬ ਤੁਸੀਂ ਇਹ ਪੜਾਈ ਕਿੱਥੋਂ ਤੱਕ ਕੀਤੀ ਹੈ ਜੀ ਮੈਂ ਬੀਏ ਡੀਏਵੀ ਕਾਲਜ ਨਕੋਦਰ ਤੋਂ ਜੀ ਪੀਏ ਤੱਕ ਮੈਂ ਪੜਿਆ ਤੇ ਸਕੂਲ ਮੇਰਾ ਏਐਸਆਰ ਸਕੂਲ ਦਸਵੀਂ ਤੱਕ ਉੱਥੇ ਕੀਤੀ ਜੀ ਤੇ ਬਸ ਬਾਕੀ ਹੈ ਕਿ ਜਿਹੜਾ ਉਹਨਾਂ ਕੋ ਪੜਿਆ ਵੀ ਕੁਝ ਨਹੀਂ ਹੁੰਦਾ ਹੁਣ ਵੀ ਤੁਸੀਂ ਜਦੋਂ ਕਿਤੇ ਗੱਡੀ 'ਚ ਜਾਂਦੇ ਆ ਮੈਨੂੰ ਪੰਜਾਬੀ ਲਿਟਰੇਚਰ ਪੜ੍ਹਨ ਦਾ ਸ਼ੌਕ ਹੈ ਤੇ ਕੋਈ ਨਾ ਕੋਈ ਕਿਤਾਬ ਮੇਰੀ ਗੱਡੀ 'ਚ ਹੀ ਹੁੰਦੀ ਹੈ ਹਮੇਸ਼ਾ ਕੁਝ ਨਾ ਕੁਝ ਕੋਈ ਚੰਗਾ ਮਿਲ ਜਾਏ ਚਾਹੇ ਕਿਤੇ ਅਖਬਾਰ ਦੇ ਵਿੱਚੋਂ ਜਲੇਬੀਆਂ ਖਾ ਕੇ ਜਿਹੜਾ ਪੇਪਰ ਹੁੰਦਾ ਉਹ ਵੀ ਮੈਂ ਦੇਖ ਲੈਣਾ ਯਾਰ ਇਹ ਤੇ ਕੋਈ ਲਾਈਨ ਕੰਮ ਦੀ ਤਾਂ ਪੜ੍ਹ ਲਓ ਸੋ ਇਹ ਇਹ ਜਿਹੜੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਕੁਝ ਨਾ ਕੁਝ ਨਵਾਂ ਸਿੱਖਣ ਦੀ ਕਰਨ ਦੀ ਔਰ ਜਿਹੜਾ ਬੰਦਾ ਸਖਿਆਰਥੀ ਰਹਿੰਦਾ ਨਾ ਉਹ ਜ਼ਿੰਦਗੀ 'ਚ ਕੁਝ ਨਾ ਕੁਝ ਗੈਨ ਕਰਦਾ ਰਹਿੰਦਾ ਜੀ ਹਮੇਸ਼ਾ ਸਖਿਆਰਥੀ ਰਹਿਣਾ ਚਾਹੀਦਾ ਵਿਦਿਆਰਥੀ ਬਣੇ ਰਹਿਣਾ ਚਾਹੀਦਾ ਵਿਦਿਆਰਥੀ ਬਣੇ ਔਰ ਕਣ ਸਾਹਿਬ ਸਭ ਤੋਂ ਪਹਿਲਾਂ ਤੁਹਾਡੀ ਟੇਪ ਆਈ ਸੀ ਸਤਿਗੁਰ ਰਵੀਦਾਸ ਮਧ ਦੇ ਜੀਵਨ ਸੰਬੰਧੀ ਕਿ ਸਾਡੇ ਨੈਣਾਂ ਵਿੱਚ ਗੁਰੂ ਰਵੀਦਾਸ ਵਸਿਆ ਨੈਣ ਖੋਲਣਾ ਕਿਵੇਂ ਕਿਉਂਕਿ ਅਸੀਂ ਮਦਨ ਜਲੰਦਰੀ ਜੀ ਉਹਨਾਂ ਦੇ ਨਾਲ ਵੀ ਪਿਛਲੇ ਹਫਤੇ ਮੁਲਾਕਾਤ ਕਰਕੇ ਆਏ ਆਂ ਔਰ ਉਹਨਾਂ ਨੇ ਵੀ ਉਸ ਟੇਪ ਬਾਰੇ ਬਹੁਤ ਸਾਰੀ ਚਰਚਾ ਕੀਤੀ ਔਰ ਤੁਹਾਡੇ ਬਾਰੇ ਬਹੁਤ ਦੱਸਿਆ ਔਰ ਕਹਿੰਦੇ ਕਿ ਮੇਰਾ ਸ਼ੋਟ ਅੱਛਿਆਂ ਵਾਂਗ ਰੱਖਦਾ ਔਰ ਤੁਸੀਂ ਉਸ ਟੇਪ ਬਾਰੇ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲਾਂ ਚਲੋ ਮਦਨ ਜਲੰਦੀ ਭਾਈ ਦਾ ਨਾਮ ਲਿਆ ਤੁਸੀਂ ਉਹ ਇੱਕ ਜਦਾ ਨਾ ਵੰਜਾਰਾ ਨਹੀਂ ਹੁੰਦਾ ਕੋਈ ਬੰਜਾਰਾ ਆਇਆ ਕੋਈ ਹੋਕਾ ਦੇਣ ਵਾਲਾ ਜੀ 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 ਉਹ ਮੈਨੂੰ ਇੰਨੇ ਕੋਈ ਬੰਜਾਰਾ ਮਿਲਿਆ ਹੋਕਾ ਦਿੰਦਾ ਬਿਲਕੁਲ ਕਿ ਭਈ ਇਹ ਮੁੰਡੇ 'ਚ ਕੋਈ ਗੋਣਿਆ ਤੇ ਇਹ ਮੁੰਡਾ ਕੁਝ ਕਰ ਸਕਦਾ ਉਹਨੂੰ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਆਵਾਜ਼ 'ਚ ਕੀ ਖਾਸियत ਆ ਕੀ ਮੇਰੇ 'ਚ ਚੰਗਾ ਤੇ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਉਹ ਪਰ ਪਹਿਲੇ ਉਹ ਸ਼ਖਸ ਸੀਗੇ ਮਦਨ ਜਲੰਦਰੀ ਜਿਨ੍ਹਾਂ ਨੂੰ ਮੇਰੀ ਆਵਾਜ਼ ਕੁਝ ਨਵਾਂ ਕੁਝ ਚੰਗਾ ਲੱਗਾ ਤੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਰਿਕਾਰਡ ਕੀਤਾ ਸੀ ਸੋ ਅਸੀਂ ਜਦੋਂ ਕਿ ਰਿਕਾਰਡਿੰਗ ਦਾ ਸਿਲਸਲਾ ਬਣ ਰਿਹਾ ਸੀ ਤੇ ਅਸੀਂ ਇਦਾਂ ਹੀ ਗਾਣੇ ਇਕੱਠੇ ਕਰਦੇ ਸੀ ਤੇ ਇਦਾਂ ਇੱਕ ਸਾਨੂੰ ਪ੍ਰੋਗਰਾਮ ਮਿਲ ਗਿਆ ਜੰਬੂ ਜੀ ਉਦੋਂ ਮੈਟਾਡੋਰ ਦੇ ਵਿੱਚ ਅਸੀਂ ਵਿੱਚੇ ਮਿਊਜ਼ੀਸ਼ੀਅਨ ਵਿੱਚੇ ਸਾਊਂਡ ਵਿੱਚੇ ਇੱਕੋ ਹੀ ਮੈਟਾਡੋਰ ਦੇ ਵਿੱਚ ਜਾ ਰਹੇ ਹਾਂ ਵਿੱਚੇ ਮਦਨ ਜਲੰਧਰੀ ਸਾਹਿਬ ਜੀ ਜੀ ਤੇ ਰਸਤੇ 'ਚ ਪਠਾਨਕੋਟ ਡੇਰਾ ਆਇਆ ਤੇ ਸਾਨੂੰ ਭੁੱਖ ਵੀ ਲੱਗੀ ਸੀ ਬਿਲਕੁਲ ਮਦਨ ਭਾਜੀ ਕਹਿੰਦੇ ਚਲੋ ਵੀ ਨਾਲੇ ਉੱਥੇ ਬਾਬਾ ਜੀ ਦੇ ਬਹਿ ਕੇ ਲੰਗਰ ਛਕ ਲੈਨੇ ਆ ਜੀ ਜੀ ਤੇ ਨਾਲੇ ਅਸ਼ੀਰਵਾਦ ਲੈ ਲੈਂਦੇ ਅਸ਼ੀਰਵਾਦ ਲੈ ਲੈਂਦੇ ਠੀਕ ਹੈ ਜਦੋਂ ਅਸੀਂ ਉੱਥੇ ਰੁਕੇ ਉਹਨਾਂ ਨੇ ਸਾਨੂੰ ਡੇਰੇ ਵਾਲਿਆਂ ਨੇ ਲੰਗਰ-ਲੰਗਰ ਖਿਲਾਇਆ ਜੀ ਤੇ ਕਹਿੰਦੇ ਮਦਨ ਮਦਰਪਾ ਜੀ ਕਹਿੰਦੇ ਜੀ ਬਾਬਾ ਜੀ ਇਹਨੂੰ ਅਸੀਂ ਰਿਕਾਰਡ ਕਰਨ ਲੱਗੇ ਆ ਜੀ ਜੀ ਤੇ ਗਾਉਂਦਾ ਸੋਹਣਾ ਜੀ ਕਹਿੰਦੇ ਜੇ ਹਿੱਟ ਹੋ ਗਿਆ ਧਰਬਦਾਸ ਮਾਰੀ ਦੀ ਟੇਪ ਕਰੇਗਾ ਜੀ ਕੀ ਬਾਤ ਹੈ ਜੀ ਤੇ ਮੈਂ ਕਹਾ ਜੀ ਬਾਬਾ ਜੀ ਮੈਂ ਹਿੱਟ ਹੋਵਾਂ ਨਾ ਹੋਵਾਂ ਪਰ ਸਤਗੁਰੂ ਅਬਦਾਸ ਮਾਰੀ ਦੀ ਟੇਪ ਜ਼ਰੂਰ ਕਰੂੰਗਾ ਵੈਰੀ ਗੁੱਡ ਜੀ ਸੋ ਮਾਲਕ ਨੇ ਐਸੇ ਭਾਗ ਲਾਇਆ ਉਹ ਸਾਡੀ ਹੁਣ ਤੇਰੀ ਨਿਗਾ ਬਦਲ ਗਈ ਪਹਿਲੀ ਟਾਈਪ ਸੁਪਰ ਡੂਪਰ ਹਟੋ ਗਏ ਬਹੁਤ ਬਹੁਤ ਜੀ ਬਿਲਕੁਲ ਜੀ ਤੇ ਨਿਗਾਹ ਤਾਂ ਆਪਣੀ ਅਜੇ ਤੱਕ ਨਹੀਂ ਬਦਲੀ ਮੈਂ ਰੱਬ ਕਦੇ ਬਦਲਾਵੇ ਅਰੇ ਟਾਈਮ ਸਾਰਾ ਜੀ ਰੂਰ ਬਦਲ ਗਿਆ ਜੀ ਬਿਲਕੁਲ ਤੇ ਮਾਲਕ ਦਾ ਇਹ ਅਕਾਲ ਪੁਰਖ ਦੀ ਮੇਰਾ ਵੀ ਟਾਈਮ ਮਾਲਕ ਨੇ ਜਰੂਰ ਮੇਰਾ ਬਦਲ ਦਿੱਤਾ ਬਿਲਕੁਲ ਤੇ ਪਰ ਨਿਗਾਹ ਆਪਾਂ ਬਦਲ ਨਹੀਂ ਦਿੱਤੀ ਉਹਦੀ ਕਿਰਪਾ ਉਹਦੀ ਦਇਆ ਜੀ 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 ਸੋ ਮਦਨ ਭਾਜੀ ਨਾਲ ਅੱਜ ਵੀ ਉਦਾਂ ਹੀ ਅਸੀਂ ਜੁੜੇ ਹੋਏ ਹਾਂ ਬਿਲਕੁਲ ਜੀ ਬਿਲਕੁਲ ਅੱਜ ਜਦੋਂ ਵੀ ਕਿਤੇ ਮੌਕਾ ਮਿਲਦਾ ਹੁਣ ਵੀ ਕੱਲ ਅਸੀਂ ਸ਼ੋ ਸੀ ਸਾਡਾ ਸ਼ੋ ਤੂੰ ਆਉਂਦੇ ਆਉਂਦੇ ਜਦੋਂ ਫ੍ਰੀ ਹੋਏ ਤੇ ਭਾਜੀ ਨੂੰ ਫੋਨ ਅਜਿਹਾ ਨਹੀਂ ਹੁਣੇ ਲਿਖੋ 3 4 ਜਿਹੜਾ ਕੋ ਚੰਗਾ ਲੱਗਾ ਆਪਾਂ ਫਿਰ ਪਹਿਲਾਂ ਪਹਿਲਾਂ ਵਧੀਆ ਰਿਕਾਰਡ ਕਰਾਂਗੇ ਸੋ ਇਹ ਸਾਡੀ ਮਾਲਕ ਨੇ ਡਿਊਟੀ ਲਾਈ ਆ ਤੇ ਉਹ ਡਿਊਟੀ ਆਪਾਂ ਜੀ ਸਾਹਿਬ ਅਸੀਂ ਚਾਹੁੰਦੇ ਆ ਕਿ ਨੈਣਾ ਵਿੱਚ ਗੁਰੂ ਰਵਿਦਾਸ ਵਸਿਆ ਨੈਣ ਖੋਲਣਾ ਕਿਵੇਂ ਉਸ ਦੇ ਵਿੱਚੋਂ ਚਾਰ ਕਲਾਈਨਾ ਆਪਣੇ ਚਾਣ ਵਾਲਿਆਂ ਨੂੰ ਤੁਸੀਂ ਸਮਾਜ ਸਾਡੇ ਨੈਣਾ ਵਿੱਚ ਗੁਰੂ ਰਵਿਦਾਸ ਵਸਿਆ ਜੀ ਨੈਣ ਖੋਲਣਾ ਕਿਵੇਂ ਨੈਣ ਖੋਲਾ ਕਿਵੇਂ ਨੈਣ ਖੋਲਾ ਕਿਵੇਂ ਜੀ ਨੈਣ ਖੋਲਾ ਕਿਵੇਂ ਸਾਡੇ ਨੈਣਾ ਵਿੱਚ ਗੁਰੂ ਰਵੀ ਧਾਸ ਵਸਿਆ ਜੀ ਨੈਣ ਖੋਲਾ ਕਿਵੇਂ ਵਾਜੀ ਵਾਹ ਕੀ ਬਾਤ ਹੈ ਕਰਨ ਸਾਹਿਬ ਔਰ ਤੁਸੀਂ ਜਿੱਥੇ ਕਿ ਗੁਰੂ ਰਵੀਦਾਸ ਮਹਾਰਾਜ ਦੇ ਜੀਵਨ ਅਤੇ ਮਿਸ਼ਨ ਤੇ ਬਹੁਤ ਸਾਰੀ ਰਚਨਾਵਾਂ ਗਾਈਆਂ ਬਾਬਾ ਸਾਹਿਬ ਦੇ ਜੀਵਨ ਦੇ ਤੁਹਾਡੇ ਬਹੁਤ ਵਧੀਆ ਇਹ Song ਆਇਆ ਸੀ ਔਰ ਤੁਸੀਂ ਪੰਜਾਬੀ ਮਾਂ ਬੋਲੀ ਦੀ ਵੀ ਜਿਹੜੀ ਸੇਵਾ ਬੇਖੂਬੀ ਨਿਭਾਈ ਹੈ ਔਰ ਪੰਜਾਬੀ ਮਾਵਲ ਜੋ ਰਿਸ਼ਤਿਆਂ ਦੇ ਨਾਲ ਜੁੜਿਆ ਇੱਕ ਤੁਹਾਡਾ ਸੌਂਗ ਸੀ ਕਿ ਤੂੰ ਹੀ ਮੇਰਾ ਪੁੱਤੀਏ ਤੂੰ ਹੀ ਮੇਰੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚੋਂ ਵੀ ਤੁਸੀਂ ਸਾਨੂੰ ਦੋ ਲਾਈਨਾਂ ਸੁਣਾਓ ਉਹ ਗਾਣਾ ਬਹੁਤ ਮੇਰੇ ਦਿਲ ਦੇ ਕਰੀਬ ਆ ਔਰ ਹਮੇਸ਼ਾ ਮੈਂ ਕੋਸ਼ਿਸ਼ ਇਹ ਹੀ ਕਰਦੇ ਹੁੰਨੇ ਵੀ ਕੋਈ ਚੰਗਾ ਗੀਤ ਲੱਭ ਜਾਏ ਤੇ ਜਿਹੜਾ ਕੋਈ ਨਾ ਕੋਈ ਸਮਾਜ ਨੂੰ ਸੇਧ ਦਿੰਦਾ ਹੋਵੇ ਜਿੱਥੇ ਰੋਜ਼ੀ ਰੋਟੀ ਚੱਲਦੀ ਹੈ ਸਾਡੀ ਇਸ ਗੀਤ ਦੇ ਜ਼ਰੀਏ ਉੱਥੇ ਸੇਧ ਵੀ ਦੇਣੀ ਚਾਹੀਦੀ ਬਹੁਤ ਬਹੁਤ ਵਧੀਆ ਜੀ ਮੈਂ ਸੁਣਾ ਦਿਨਾ ਦੋ ਲਾਈਨਾਂ ਤੂੰ ਹੀ ਮੇਰਾ ਪੁੱਤ ਐ ਤੂੰ ਹੀ ਮੇਰੀ ਧੀ ਨੀ ਲੱਗ ਜੈ ਉਮਰ ਮੇਰੀ ਤੂੰ ਕਾਲਜ ਚ ਦਾਖਲਾ ਮੈਂ ਲੈ ਦੁੱਤੀ ਏ ਰਾਣੀਏ ਕਾਲਜ ਚ ਦਾਖਲਾ ਮੈਂ ਲੈ ਦੁੱਤੀ ਏ ਤੈਨੂੰ ਦੋ ਵਚਨ ਚੋਲੀ ਦੇ ਵਿੱਚ ਪਾਈ ਜੀ ਸੰਦ ਕੇ ਤੂੰ ਭਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਜੀ ਸੰਦ ਕੇ ਤੂੰ ਭਾਵੇਂ ਕਰ ਲੈ ਪੜਾਈਆਂ ਚਿੱਟੀ ਪੱਗ ਨੂੰ ਦਾਗ ਨਾ ਲਾਈ ਤੂੰ ਹੀ ਮੇਰਾ ਪੁੱਤ ਐ ਤੂੰ ਹੀ ਮੇਰੀ ਤੀਨੀ ਵਾਜੀ ਵਾਹ ਇਕਨ ਸਾਹਿਬ ਕਿਉਂਕਿ ਕ੍ਰਾਂਤੀ ਟੀਵੀ ਹਮੇਸ਼ਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰ ਗਿਆ ਕਿ ਜਿਹੜਾ ਤੁਹਾਡਾ ਕੰਠ ਹੈ ਇਹਨੂੰ ਹੋਰ ਪਰਮਾਤਮਾ ਬਹੁਤ ਵਧੀਆ ਬੁਲੰਦੀਆਂ ਤੇ ਲੈ ਕੇ ਜਾਵੇ ਬਸ ਇਹ ਦੁਆ ਮੰਗ ਆਲੀ ਆ ਜੀ ਇਹ ਦੁਆ ਮੰਗ ਆ ਪਿਆਰ ਨਾਲੀ ਸਾਰਾ ਬਿਲਕੁਲ ਜੀ ਬਿਲਕੁਲ ਕੰਠ ਸਾਹਿਬ ਹੁਣ ਤੱਕ ਤੁਸੀਂ ਜਿਵੇਂ ਕਿ ਹਰ ਇੱਕ ਸਿੰਗਰ ਦਾ ਸਪਨਾ ਹੁੰਦਾ ਕਿ ਅਸੀਂ ਆਹ ਕੰਟਰੀ ਦੇ ਵਿੱਚ ਜਾਈਏ ਐਸ ਕੰਟਰੀ ਦੇ ਵਿੱਚ ਜਾਈਏ ਹੁਣ ਤੱਕ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਆਪਣੇ ਗਾਇਕੀ ਦੇ ਜੋਰ ਦਿਖਾ ਸਕਿਆ ਸਾਰੇ ਸੁਪਨੇ ਪੂਰੇ ਕੀਤੇ ਆ ਔਰ ਮੇਰੇ ਖਲ ਕੋਈ ਕੰਟਰੀ ਰਹਿ ਨਹੀਂ ਗਈ ਹਰ ਕੰਟਰੀ ਜੀ ਹੁਣ ਤੱਕ ਸ਼ੋਅ ਕਰਕੇ ਆਏ ਆ ਵਾਹ ਜੀ ਵਾਹ ਔਰ ਹਮੇਸ਼ਾ ਜਿਵੇਂ ਇੱਥੇ ਸਤਿਕਾਰ ਮਿਲਦਾ ਤੇ ਬਾਹਰ ਵੀ ਬਹੁਤ ਸਤਿਕਾਰ ਮਿਲਦਾ ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਮੈਨੂੰ ਅਜ ਤੱਕ ਇਹ ਮਾਲਕ ਦੀ ਕਿਰਪਾ ਰਹੀ ਵੀ ਕਦੇ ਕਿਸੇ ਮਲ ਸ਼ੋਅ ਚ ਚਾਹੇ ਉਹ ਇੰਡੀਆ ਪੰਜਾਬ ਆ ਚਾਹੀ ਬਾ ਕਦੇ ਹੂਟ ਨਹੀਂ ਹੋਇਆ ਉਹਦਾ ਕਾਰਨ ਮੈਂ ਕਿਵੇਂ ਇਹ ਸੋਚਦਾ ਹਾਂ ਨਾ ਕਿ ਮੇਰੇ ਭਾਗ ਚੰਗੇ ਨੇ ਜੀ ਲੋਕ ਪਿਆਰ ਕਰਦੇ ਨੇ ਇੱਕ ਤੁਹਾਡੀ ਇਮੇਜ ਬਣ ਜਾਂਦੀ ਹੈ ਹੁਣ ਜਿੱਦਾਂ ਦਾ ਮੈਂ ਸੋਬਰ ਜਾ ਗਾਉਣਾ ਉਦਾਂ ਦੇ ਸੋਬਰ ਜੀ ਮੇਰੇ ਆਡੀਅੰਸ ਐ ਸੁਣਦੇ ਮੈ ਸੋ ਉਹਨਾਂ ਨੂੰ ਚੰਗਾ ਲੱਗਦਾ ਜਿੱਥੇ ਮੇਰੇ ਸੇਹ ਨਾਲੇ ਗਾਣੇ ਆ ਉਹ ਵੀ ਲੋਕ ਲਾਈਕ ਕਰਦੇ ਆ ਨਾ ਤੇ ਮੇਰੇ ਰੋਮਾਂਟਿਕ ਆ ਸੈਡ ਆ ਬੀਟ ਵਾਲੇ ਆ ਉਹ ਲੋਕ ਲਾਈਕ ਕਰਦੇ ਆ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਮੰਨਦਾ ਹਾਂ ਕਿ ਇਹ ਲੋਕ ਪਿਆਰ ਕਰਦੇ ਆ ਇਕਨ ਸਾਹਿਬ ਹੁਣ ਤੱਕ ਤੁਹਾਨੂੰ ਕਿਹੜਾ ਕਿਹੜਾ ਅਵਾਰਡ ਮਿਲ ਚੁੱਕਾ ਹੈ ਜੀ ਅਵਾਰਡ ਬਹੁਤ ਸਾਰੇ ਮਿਲੇ ਆ ਜੀ ਕੁਝ ਤਾਂ ਪੀਟੀਸੀ ਤੋਂ ਕਹਿੰਦਾ ਉਹਨਾਂ ਦੇ ਵੱਲੋਂ ਵੀ ਕੋਈ ਜਿਹੜੀ ਐਲਬਮ ਮੇਰੀ ਸੁਪਰ ਡੂਪਰ ਹਿੱਟ ਹੁੰਦੀ ਆ ਉਹਨੂੰ ਕੋਈ ਨਾ ਕੋਈ ਅਵਾਰਡ ਮਿਲਿਆ ਫਿਰ ਰੇਡੀਓ ਮਿਰਚੀ ਵੱਲੋਂ ਆ ਪਿਛਲੇ ਦੋ ਅਵਾਰਡ ਮੈਨੂੰ ਮਿਲੇ ਸੀ ਬੈਸਟ ਐਲਬਮ ਦੇ ਸੋ ਇਦਾਂ ਹੀ ਕਦੇ ਆ আলমਲਹਾਰ ਅਵਾਰਡ ਮਿਲਿਆ ਮੁਹੰਮਦ ਰਫੀ ਸਾਹਿਬ ਅਵਾਰਡ ਮਿਲਿਆ ਕਿਸ਼ੋਰ ਕੁਮਾਰ ਅਵਾਰਡ ਮਿਲਿਆ ਬਹੁਤ ਸੰਸਥਾਵਾਂ ਤੋਂ ਅਵਾਰਡ ਕਾਫੀ ਮਿਲੇ ਨੇ ਬਾਕੀ ਅਵਾਰਡ ਤਾਂ ਇਹ ਹੀ ਆ ਕਿ ਜਿਹੜੇ ਲੋਕਾਂ ਦਾ ਪਿਆਰ ਆ ਪਿਆਰ ਹੈ ਜੀ ਬਸ ਇਸ ਤੋਂ ਵੱਡਾ ਕੋਈ 20 ਸਾਲ ਹੋ ਗਏ ਆ ਮੇਰੇ ਕਰੀਅਰ ਨੂੰ 20 ਸਾਲ ਤੱਕ ਪਿਆਰ ਮਿਲ ਰਿਹਾ ਇਹ ਸਭ ਤੋਂ ਵੱਡਾ ਅਵਾਰਡ ਹੈ ਵੱਡਾ ਜੀ ਵੱਡਾ ਬਾਕੀ ਅਵਾਰਡ ਆ ਕੁਝ ਲੈ ਦੇ ਕੇ ਵੀ ਆ ਜਾਂਦੇ ਆ ਉਹ ਕਈ ਤਰੀਕੇ ਨੇ ਲੇਕਿਨ ਜਿਹੜਾ ਸਰੋਤਿਆਂ ਨਾਲ ਪਿਆਰ ਇੱਕ ਸੰਬੰਧ ਆ ਨਾ ਉਹ ਕਿਸੇ ਲੈਣ ਦੇਣ ਦਾ ਨਹੀਂ ਹੁੰਦਾ ਉਹ ਤੁਹਾਡਾ ਰਿਸ਼ਤਾ ਇੱਥੋਂ ਆਦਿ ਨੂੰ ਸੋ ਜਨਾ ਉਹ ਦਿਨੋਂ ਰਿਸ਼ਤਾ ਬਣਿਆ ਮੈਂ ਕਹਿੰਦਾ ਵੀ ਉਹ ਸਭ ਤੋਂ ਵੱਡਾ ਅਵਾਰਡ ਹੈ ਲੈ ਤੁਸੀਂ ਹਰ ਸਾਲ ਗੁਰੂ ਰਵਿਦਾਸ ਮਹਾਰਾ ਦੇ ਜੀਵਨ ਤੇ ਮਿਸ਼ਨ ਤੇ ਇਹ ਬਹੁਤ ਫਕਰ ਦੀ ਗੱਲ ਹੈ ਸਮਾਜ ਵਾਸਤੇ ਵੀ ਔਰ ਤੁਹਾਡੇ ਵਾਸਤੇ ਵੀ ਔਰ ਸਮਾਜ ਨੂੰ ਤੁਹਾਡੇ ਉੱਪਰ ਮਾਣ ਹੈ ਤੁਹਾਡਾ ਸਤਿਕਾਰ ਵੀ ਪੂਰਾ ਸਮਾਜ ਕਰਦਾ ਹੈ ਕਿ ਹਰ ਸਾਲ ਤੁਸੀਂ ਗੁਰੂ ਰਵਿਦਾਸ ਮਰੇ ਦੇ ਕੋਈ ਚਾਹੇ ਤੋਂ ਸਿੰਗਲ ਟਰੈਕ ਕਰੋ ਚਾਹੇ ਪੂਰੀ ਐਲਬਮ ਕਰੋ ਤੁਸੀਂ ਜਰੂਰ ਕਰਦੇ ਹੋ ਔਰ ਜਿੰਨੇ ਵੀ ਤੁਸੀਂ ਆਪਣੇ ਹੱਥਾਂ ਦੇ ਵਿੱਚ ਆਪਣੇ ਲਾਇਏ ਹੋਏ ਬੂਟੇ ਤੁਹਾਡੇ ਚੇਲੇ ਐ ਜਿੰਨੇ ਵੀ ਚੇਲੇ ਐ ਔਰ ਇਹ ਕਿਹਨਾ ਵਿੱਚੋਂ ਸਭ ਤੋਂ ਜ਼ਿਆਦਾ ਕਿ ਕੀ ਕੀ ਨਾਮ ਹਨ ਦਾ ਸਾਰੇ ਅੱਛਾ ਕੰਮ ਕਰ ਰਹੇ ਨੇ ਪਹਿਲਾਂ ਤੋਂ ਮੇਰੇ ਨਾਲ ਸ਼ੁਰੂ ਹੋਇਸੀ ਇਦਾਂ ਦੇ ਸਟੇਜ ਤੇ ਜਾਣਾ ਜੀ ਵਿੱਕੀ ਮੋਹਰਾਂ ਵਾਲੀ ਆ ਮੁੰਡਾ ਰਕੇਸ਼ ਮਾਨ ਆ ਤੇ ਮੋਨੂ ਮਹਿਤਾਵ ਆ ਉਹ ਸਾਰਿਆਂ ਦੀ ਹੁਣ ਬਹੁਤ ਸਾਰੇ ਉਹ ਵੀ ਗੀਤ ਕਰ ਰਹੇ ਨੇ ਤੇ ਉਹਨਾਂ ਦੀ ਹੈਲਪ ਵੀ ਕਰੀ ਦੀ ਜਿੰਨੇ ਜੋਗੇ ਹੈਗੇ ਬਿਲਕੁਲ ਜੀ ਬਿਲਕੁਲ ਦੂਸਰਾ ਹਮੇਸ਼ਾ ਜਿੰਨੇ ਹੁਣ ਤੱਕ ਜਿੰਨੀਆਂ ਵੀ ਮੈਂ ਟੇਪਾਂ ਕੀਤੀਆਂ ਨਾ ਮੈਂ ਜਦੋਂ ਵੀ ਟੇਪ ਕਰਦਾ ਕੋਈ ਗੀਤ ਕਰਦਾ ਤੇ ਮੈਂ ਕਦੇ ਕਿਸੇ ਕੋਲੋਂ ਉਹ ਪੈਣੀ ਨਹੀਂ ਮਗਰ ਤੇ ਜੀ ਬਿਲਕੁਲ ਜੀ ਯਾਰ ਮੈਂ ਸਤਗੁਰੂ ਅਰਦਾਸ ਮਾਹੀ ਦੀ ਟੇਪ ਕਰਨੀ ਆ ਤਾਂ ਮੈਨੂੰ ਕੋਈ ਪੈਸਾ ਭੇਜੇ ਜਾਂ ਨਾ ਭੇਜੇ ਜੀ 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 ਹਾਂ ਇੱਕ ਦੋ ਵਾਰੀ ਕਿਸੇ ਨੇ ਸੱਜਣ ਨੇ ਆਪਣੇ ਆਪ ਹੀ ਕੋਸ਼ਿਸ਼ ਕੀਤੀ ਕਿ ਯਾਰ ਤੁਸੀਂ ਹਰ ਸਾਲ ਕੋਲੋਂ ਟੇਪ ਕਰਦੇ ਆ ਕਿ ਮਾਲਕ ਦਿੰਦਾ ਅਸੀਂ ਕਰ ਲਈਦੀ ਜੇ ਮਾਲਕ ਨਾ ਦਿੰਦਾ ਤੇ ਕਿੱਥੋਂ ਕਰਨੀ ਸੀ ਸੋ ਕਈ ਵਾਰੀ ਇੱਕ ਦੋ ਦੋਸਤਾਂ ਨੇ ਕੋਸ਼ਿਸ਼ ਕੀਤੀ ਕਿ ਯਾਰ ਇਸ ਇਸ ਵਾਰ ਰਿਕਾਰਡਿੰਗ ਦਾ ਖਰਚਾ ਅਸੀਂ ਦੇਣਾ ਤੇ ਵੀਡੀਓ ਤੁਸੀਂ ਖੁਦ ਕਰ ਲਿਓ ਜੀ ਬਾਕੀ ਆ ਕਿ ਮਾਲਕ ਦੇ ਹੀ ਜਾਂਦਾ ਮਾਲਕ ਇਦਾਂ ਹੀ ਸਾਡੇ ਕੋਲ ਸੇਵਾ ਕਰਾਉਂਦਾ ਰਵੇ ਉਹ ਦਿੰਦਾ ਤਾਂ ਅਸੀਂ ਕਰ ਅਸੀਂ ਕੌਣ ਹੁੰਨੇ ਆ ਇਹ ਇਦਾਂ ਕੰਟੀ हां बिल्कुल ਜਨਨਜਰ ਸਾਹ ਚੱਲਦੇ ਜੀ ਇਹ ਇਦਾਂ ਹੀ ਚੱਲੂਗਾ ਤੇ ਇਹ ਵੀ ਨਹੀਂ ਕਿ ਮੈਂ ਕਦੇ ਜਾਤ ਲਕੋਮਾਂ ਜਾਤ ਨਾ ਮੈਂ ਕਦੇ ਲਕੋਮਾਂਗਾ ਨਾ ਕਦੇ ਲਕੋਈ ਆ ਕਿਉਂਕਿ ਜਿਸ ਕੌਮ ਚ ਜਿਸ ਧਰਮ ਚ ਤੁਸੀਂ ਪੈਦਾ ਹੋਇਆ ਉਹ ਲੁਕਾਉਣਾ ਵੀ ਨਹੀਂ ਚਾਹੀਦਾ ਅਸੀਂ ਹੌਣ ਅਸੀਂ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਆਉਣੇ ਸ਼ੁਰੂ ਹੋਏ ਆ ਤੇ ਆ ਜਿਹੜਾ ਬੰਦਾ ਇੱਥੇ ਤੱਕ ਪਹੁੰਚਦਾ ਉਹ ਆਪਣੇ ਆਪ ਨੂੰ ਲੁਕੋ ਲਵੇ ਉਹ ਵੀ ਗਲਤ ਹੈ ਸਗੋਂ ਸਾਨੂੰ ਜਿੱਥੇ ਅਸੀਂ ਪਹੁੰਚੇ ਆ ਉਤੋਂ ਹੋਰ ਕਰੀਏ ਕੋਸ਼ਿਸ਼ ਸਟੈਪ ਅੱਗੇ ਲੈਣ ਦੀ ਔਰ ਜਿਹੜੇ ਪਿੱਛੇ ਸਾਡੇ ਲੜਕੇ ਹੋਇਆ ਉਹਨਾਂ ਨੂੰ ਰੱਸਾ ਪਾ ਕੇ ਖਿੱਚਣ ਦੀ ਕੋਸ਼ਿਸ਼ ਕਰੀ ਇਹਨਾਂ ਨੂੰ ਕਿੰਨਾ ਖਿੱਚ ਸਕਦੇ ਇਹਨਾਂ ਨੇ ਕਿੰਨਾ ਕ ਮਦਦ ਕਰ ਸਕਦਾ ਬਿਲਕੁਲ ਜੀ ਬਿਲਕੁਲ ਕਣ ਸਾਹਿਬ ਬਹੁਤ ਵਧੀਆ ਗੱਲ ਆ ਕਿਉਂਕਿ ਕਈ ਲੋਕ ਇਦਾਂ ਦੇ ਹੁੰਦੇ ਆ ਨਾ ਕਿ ਅੱਗੇ ਵਧ ਰਹੇ ਬੰਦੇ ਨੂੰ ਥੋੜਾ ਲੱਤਾਂ ਖਿੱਚਣ ਦੀ ਪਿੱਛੇ ਨੂੰ ਕੋਸ਼ਿਸ਼ ਕਰਦੇ ਆ ਪਰ ਤੁਹਾਡੀ ਬਹੁਤ ਵਧੀਆ ਗੱਲ ਲੱਗੀ ਹੈ ਕਿ ਰੱਸਾ ਫੜ ਕੇ ਖਿੱਚਣਾ ਅੱਗੇ ਨੂੰ ਖਿੱਚਣਾ ਬਿਲਕੁਲ ਇਹ ਬਹੁਤ ਵਧੀਆ ਮੈਸੇਜ ਹੈ ਜੀ ਆਪਣਾ ਆਪਣਾ ਸੁਭਾਅ ਹੈ ਨਾ ਆਪਣੀ ਆਪਣੀ ਇੱਕ ਫਿਤਰਤ ਹੈ ਸਭ ਦੀ ਸੋਚ ਹੈ ਨਾ ਬਿਲਕੁਲ ਕਈ ਸੋਚਦੇ ਕਿ ਜਿਹੜਾ ਜਿਹੜਾ ਵੀ ਐਕਟਰ ਹੈ ਜਾਂ ਜਾਂ ਕੋਈ ਕਲਾਕਾਰ ਹੈ ਨਾ ਬਹੁਤਾ ਐਟੀਟਿਊਡ ਦਿਖਾਵੇ ਤਾਂ ਲੋਕ ਉਹਦੇ ਮਗਰ ਬਹੁਤ ਭੱਜਦੇ ਹਨ ਬਿਲਕੁਲ ਪਰ ਮੇਰਾ ਉਲਟ ਮੈਂ ਜਿੱਦਾਂ ਦਾ ਸੀ ਮੈਂ ਉਦਾਂ ਦਾ ਹੀ ਆ ਉਦਾਂ ਦਾ ਇੱਥੇ ਆ ਉਦਾਂ ਦਾ ਸੇਜ ਤੇ ਉਦਾਂ ਦਾ ਮੈਂ ਘਰ ਆ ਮੈਂ ਕਦੇ ਕੰਟ ਕਲੀਅਰ 24 ਘੰਟੇ ਨਹੀਂ ਬਣਾ ਰਹਿਂਦਾ ਆ ਜਦੋਂ ਸਟੇਜ ਤੇ ਕੰਮ ਕਰਦੇ ਆ ਤੋ 2 ਘੰਟੇ 2.5 ਘੰਟੇ ਉਦੋਂ ਸ਼ਾਇਦ ਮੈਂ ਕੰਟ ਕਲੀਅਰ ਆ ਨਹੀਂ ਤਾਂ ਮੈਂ ਨਾਰਮਲ ਜਿੱਦਾਂ ਦੇ ਸਾਰੇ ਹੁੰਦੇ ਆ ਉਸੇ ਤਰ੍ਹਾਂ ਮੈਂ ਆਪਣੇ ਨੇਚਰ ਦੇ ਵਿੱਚ ਰਹਿਣਾ ਜੋ ਮੈਨੂੰ ਚੰਗਾ ਲੱਗਦਾ ਮੈਂ ਪਪਾ ਉਹ ਪਹਿਨ ਲੈਣਾ ਸੋ ਜੇ ਮਾਲਕ ਤੁਹਾਡੇ ਇਦਾਂ ਦੇ ਰਵਈਏ ਜੀ ਖੁਸ਼ ਆ ਮਾਲਕ ਤੁਹਾਨੂੰ ਸਾਰਾ ਕੁਝ ਦੇਈ ਜਾਂਦਾ ਤੇ ਹੈਂਕੜਵਾਜੀ ਐਟੀਟਿਊਡ ਬਣਾ ਕੇ ਉਹਦਾ ਕੀ ਫਾਇਦਾ ਫਾਇਦਾ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉਹ ਅੱਜ ਕੱਲੇ ਵੀ ਇੱਕ ਹੋੜ ਲੱਗੀ ਆ ਬਾਕੀ ਆਪਣਾ ਸੁਭਾਅ ਹੁੰਦਾ ਹਰ ਇੱਕ ਦਾ ਮੈਂ ਆਪਣੇ ਸੁਭਾਅ ਨੂੰ ਨਹੀਂ ਬਦਲ ਪਾਇਆ ਤੇ ਨਾ ਕਿਤੇ ਬਦਲੂੰਗਾ ਮੈਂ ਮੈਂ ਹੀ ਇਹਦਾ ਇਹ ਤੁਹਾਡਾ ਇੱਕ ਬਹੁਤ ਹਰ ਲੋਕ ਤੁਹਾਡਾ ਤਾਂ ਸਤਿਕਾਰ ਕਰਦੇ ਕਿ ਤੁਸੀਂ ਇਹ ਨਹੀਂ ਕਿ 25ਤੀ ਬੌਂਸਰ ਰੱਖਿਓ ਨਾਲ ਇਦਾਂ ਦਾ ਬਿਲਕੁਲ ਨਹੀਂ ਤੁਸੀਂ ਬਹੁਤ ਵਧੀਆ ਤੁਹਾਡੀ ਗੱਲ ਹੈ ਕਿ ਤੁਸੀਂ ਜਦੋਂ ਵੀ ਆਉਂਦੇ ਆ ਸਟੇਜ ਤੇ ਆਉਂਦੇ ਆ ਬੜਾ ਮਾਣ ਸਤਿਕਾਰ ਤੁਸੀਂ ਵੀ ਜਦੋਂ ਪਿਆਰ ਲੋਕਾਂ ਚ ਵੰਡਦੇ ਹੋ ਲੋਕ ਤੁਹਾਨੂੰ ਬੜਾ ਪਿਆਰ ਦਿੰਦੇ ਹੋ ਜੇ ਜੇ ਤੁਹਾਨੂੰ ਕਿਸੇ ਨੇ ਕੁਝ ਕਹਿਣਾ ਨਾ ਤਦ ਹੀ ਮੈਂ ਸੌਬ ਮੈਂ ਅੰਸਰ ਲੈ ਬਿਲਕੁਲ ਜੀ ਬਿਲਕੁਲ ਉਹਨੇ ਤਾਂ ਵੀ ਤੁਹਾਨੂੰ ਕਹਿ ਦੇਣਾ ਤੇ ਜਿਹਨੇ ਨਹੀਂ ਕਿਸ ਨੇ ਕਹਿਣਾ ਜੇ ਤੁਹਾਡਾ ਸਲੂਕ ਇਦਾਂ ਦਾ ਪਿਆਰ ਇਦਾਂ ਦਾ ਤੁਸੀਂ ਗਾਣੇ ਇਦਾਂ ਦੇ ਗਾਏ ਨਾ ਕਿ ਲੋਕ ਤੁਹਾਡਾ ਸਤਿਕਾਰ ਕਰਨ ਹੁਣ ਮੈਂ ਕਈ ਵਾਰੀ ਤੁਸੀਂ ਮੇਰੀਆਂ ਕਿਤੇ ਸਟੇਜੀਆਂ ਦੇਖੋ ਲੋਕ ਪੈਰੀਂ ਹੱਥ ਲਾਉਣ ਆਉਣਗੇ ਮੈਂ ਉਹਨਾਂ ਦੇ ਹੱਥ ਫੜੂਗਾ ਭਾਜੀ ਮੈਂ ਤਾਂ ਤੁਹਾਡੇ ਤੋਂ ਛੋਟਾ ਮੈਂ ਤਾਂ ਤੁਹਾਡਾ ਛੋਟਾ ਵੀਰ ਹਾਂ ਤੁਸੀਂ ਇਦਾਂ ਨਾ ਕਰੋ ਉਹ ਸਤਿਕਾਰ ਵਜੋਂ ਉਹਨਾਂ ਨੂੰ ਪਤਾ ਨਹੀਂ ਮੇਰੇ 'ਚ ਕੀ ਲੱਭਦਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਸਧਾਰਨ ਹੀ ਆ ਜੀ ਇੱਕ ਮੈਨੂੰ ਆਵਾਜ਼ ਕਰਕੇ ਲੋਕ ਪਿਆਰ ਕਰਦੇ ਆ ਜੀ 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 ਉਹਨਾਂ ਨੂੰ ਪਤਾ ਨਹੀਂ ਕੀ ਨਜ਼ਰ ਆਉਂਦਾ ਉਹ ਕਹਿੰਦਾ ਤੇਰੇ ਵਿੱਚੋਂ ਮੈਨੂੰ ਰੱਬ ਦੀਦਾ ਉਹ ਤਾਂ ਦੇਖਣ ਵਾਲੇ ਦੀਆਂ ਅੱਖਾਂ ਅਸੀਂ ਤਾਂ ਕੁਝ ਨਹੀਂ ਹਰੇ ਜੀ 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 ਸਿਰਫ ਸਾਨੂੰ ਮਾਲਕ ਨੇ ਇੱਕ ਗੋਡ ਗਿਫਟ ਵੋਕਲ ਦਿੱਤੀ ਆ ਵੱਡੇ ਵੱਡੇ ਆਫੀਸਰ ਆ ਉਹ ਪਿਆਰ ਕਰਦੇ ਆ ਕੋਈ ਸਾਡੇ ਕੋਈ ਰੈਂਕ ਥੋੜੀ ਲੱਗੇ ਆ ਸਿਰਫ ਸਾਡੀ ਆਵਾਜ਼ ਦੇ ਜ਼ਰੀਏ ਤੇ ਮਾਲਕ ਦਾ ਸ਼ੁਕਰਾਨਾ ਕਰਦਾ ਕਰਨਾ ਚਾਹੀਦਾ ਹਮੇਸ਼ਾ ਹਮੇਸ਼ਾ ਸ਼ੁਕਰਾਨਾ ਹੀ ਕਰੀਦਾ ਮਾਲਕ ਨੇ ਮੇਰੀ ਔਕਾਤ ਤੋਂ ਮੇਰੀ ਹਾਇਸियत ਤੋਂ ਵੱਧ ਕੇ ਮੈਨੂੰ ਸਾਰਾ ਕੁਝ ਦਿੱਤਾ ਤੇ ਉਹਦਾ ਹਮੇਸ਼ਾ ਸ਼ੁਕਰਾਨਾ ਹੀ ਕਰਦੇ ਆ ਤੇ ਕੋਸ਼ਿਸ਼ ਇਹ ਕਰੀਦੀ ਆ ਕਿ ਜਿੰਨੀ ਵੀ ਮਦਦ ਕਿਸੇ ਦੀ ਹੋ ਜਾਏ ਤਾਂ ਉਹ ਕਰਨੀ ਚਾਹੀਦੀ ਜੇ ਤੁਹਾਡੇ ਵਾਸਤੇ ਚ ਜੀ 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 ਆਓ ਆਪਾਂ ਕੰਠ ਕਲੇਰ ਜੀ ਉਹਨਾਂ ਦੇ ਕੰਠ ਤੋਂ ਗਿਆ ਹੋਇਆ ਲੱਖਾਂ ਵੇਖੀਆਂ ਤਸਵੀਰਾਂ ਜੱਗ ਅੰਦਰ ਤੂੰ ਰੱਬ ਦਾ ਏ ਅਵਤਾਰ ਸਤਗੁਰੂ ਕਨਸਾ ਵੀਕਾ ਤੁਹਾਡਾ ਹੋਰ ਬਹੁਤ ਵਧੀਆ ਸੌਂਗ ਸੀ ਉਸ ਸੌਂਗ ਦਾ ਹੈ ਤਕਰੀਬਨ ਜਦੋਂ ਗਲੀ ਮਹੱਲੇ ਹਰ ਗੁਰੂ ਘਰ ਦੇ ਵਿੱਚ ਉਹ ਸੌਂਗ ਲੱਗਾ ਹੁੰਦਾ ਹੈ ਕਿ ਉਹਦੇ ਬੋਲ ਹੈ ਸ਼ਾਇਦ ਕਿ ਜਲੰਦਰੀ ਮਰਦ ਦਾ ਦਲੇਰ ਕਦੇ ਵੀ ਪਿੱਠ ਤੇ ਕਰਦੇ ਵਾਰ ਨਹੀਂ ਜਾਨ ਜਾਂਦੀ ਜਾਵੇ ਲੱਖ ਵਾਰੀ ਕਦੇ ਸਿੰਧ ਦੇ ਅਤਿਆਚਾਰ ਨੇ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਤੇ ਕੌਮ ਦੀ ਅਸਿੰਗਦਾਰਾਂ ਨੂੰ ਇਦਾਂ ਸਭ ਕੁ ਸਿਖਾਉਣਾ ਤੇ ਕਿਵੇਂ ਕਹਿਣਾ ਜਾਣਦਿਆਂ ਰਵਿਦਾਸ ਗੁਰੂ ਦੇ ਪੁੱਤਰ ਹੱਕ ਲੈਣਾ ਚਾਹੁੰਦਿਆਂ ਬਿਲਕੁਲ ਜਿਹੜੀ ਗੁਰੂ ਰਵਿਦਾਸ ਮਹਾਰਾ ਜੀ ਨੇ ਹੱਕਾਂ ਦੀ ਗੱਲ ਕੀਤੀ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਨੇ ਗੱਲ ਕੀਤੀ ਉਹ ਵੀ ਬੀੜਾ ਅੱਗੇ ਚੁੱਕੇ ਬਿਲਕੁਲ ਜੀ ਬੀੜਾ ਅੱਗੇ ਲੱਗੇ ਔਰ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਬੜੇ ਸਭ ਸੰਬਸੇ ਰਵਿਦਾਸ ਜੀ ਨੂੰ ਪਸੰਦ ਬਿਲਕੁਲ ਸਤਗੁਰੂ ਰਵਿਦਾਸ ਮਹਾਰਾ ਜੀ ਨੇ ਵੀ ਕਿਹਾ ਵੀ ਮੈਂ ਇਦਾਂ ਦੇ ਰਾਜ ਦੀ ਸੰਕਲਪਨਾ ਕਰਨੀ ਚਾਹੁੰਦਾ ਕਿ ਜਿਹਦੇ ਵਿੱਚ ਕੋਈ ਉਜ ਨਾ ਹੋਵੇ ਕੋਈ ਜਾਤ ਕੋਈ ਪਾਤ ਸਭ ਬਰਾ ਪਖਾਰੀ ਦੇ ਬਰਾਬਰ ਹੋਵੇ ਇੱਕ ਪਖਾਰੀ ਰਾਜੇ ਦੇ ਬਰਾਬਰ ਹੋਵੇ ਕੁਝ ਨਾ ਬਾਬਾ ਸਾਹਿਬ ਨੇ ਕਈਆਂ ਨੂੰ ਇਹ ਇਹ ਵੀ ਇੱਕ ਬਹਿਮ ਆ ਕਿ ਬਾਬਾ ਸਾਹਿਬ ਨੇ ਸਰ ਜਦ ਉਹ ਦਲਤ ਸੀ ਜਦ ਉਹ ਸ਼ੂਦਰ ਸੀ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਉਹਨਾਂ ਨੇ ਹਰ ਇੱਕ ਉਹ ਵਰਗ ਦੀ ਗੱਲ ਕੀਤੀ ਜਿਹੜਾ ਵਰਗ ਕਮਜ਼ੋਰ ਆ ਚਾਹੇ ਉਹ ਖੱਤਰੀ ਵਰਗ ਆ ਚਾਹੇ ਉਹ ਜੱਟ ਵਰਗ ਆ ਚਾਹੇ ਹੋਰ ਕੋਈ ਵੀ ਵਰਗ ਲੈ ਲਓ ਉਹਨਾਂ ਨੇ ਹਰ ਉਸ ਵਰਗ ਦੀ ਗੱਲ ਕੀਤੀ ਜਿਹੜਾ ਕਮਜ਼ੋਰ ਆ ਹਰ ਇੱਕ ਨੂੰ ਲੈ ਕੇ ਦਿੱਤਾ ਉਹਨੂੰ ਉਹਨੂੰ ਹੱਕ ਹੱਕ ਦਿਵਾਉਣ ਦੀ ਉਹਨਾਂ ਨੇ ਪੂਰੇ ਸੰਵਿਧਾਨ ਦੇ ਵਿੱਚ ਲੇਕਿਨ ਜਿਨ੍ਹਾਂ ਨੇ ਪੜਿਆ ਇਹਨਾਂ ਨੂੰ ਇਹ ਹੀ ਲੱਗਦਾ ਇਹ ਬਸ ਇਹ ਤਾਂ ਇਹ ਦਲਤਾਂ ਦੀ ਗੱਲ ਕਰ ਜੀ ਬਿਲਕੁਲ ਸੋ ਇਹ ਸਿੰਬਲ ਆਫ ਨੋਲੇਜ ਕਿਹਾ ਬਾਬਾ ਸਾਹਿਬ ਨੂੰ ਤੁਸੀਂ ਦੇਖੋ ਵੀ ਅਸੀਂ ਬਾਹਲੇ ਮੁਲਕ ਹਰ ਇੱਕ ਮੁਲਕ ਚ ਅਸੀਂ ਬਾਹਰ ਗਏ ਘੁੰਮਣ ਗਏ ਆ ਗੋਰਿਆਂ ਦੀਆਂ ਯੂਨੀਵਰਸਟੀਆਂ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਲੱਗਾ ਹੋਇਆ ਸਟੈਚੂ ਲੱਗਾ ਹੋਇਆ ਬਿਲਕੁਲ ਜੀ ਬਿਲਕੁਲ ਉਹ ਜਿਹੜੇ ਗੋਰੇ ਆ ਉਹ ਤਾਂ ਇੰਨੀ ਇੰਨੀ ਗੱਲ ਨੂੰ ਪਰਖ ਕੇ ਸੋਚ ਕੇ ਫਿਰ ਕਿਸੇ ਦਾ ਕੋਈ ਪ੍ਰਤੀਬੰਧ ਲਗਾਉਂਦੇ ਆ ਉਹਨਾਂ ਨੇ ਬਾਬਾ ਸਾਹਿਬ ਨੂੰ ਪੜਿਆ ਸਮਝਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਐਡਾ ਵਿਦਵਾਨ ਇਨਸਾਨ ਕਿ ਐਡਾ ਵਿਦਵਾਨ ਸਿੰਬਲ ਆਫ ਨੋਲੇਜ ਦਾ ਨਾਮ ਦੇ ਕੇ ਉੱਥੇ ਸਤਕਾਰ ਵਜੋਂ ਉਹਨਾਂ ਨੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਲਗਾਏ ਹੋਰ ਔਰ ਕਿ ਸਾਡੇ ਬੱਚੇ ਉਸ ਤੋਂ ਪ੍ਰੇਰਿਤ ਹੋਣ ਤੇ ਸਾਡੇ ਮੁਲਕ 'ਚ ਕੀ ਕਰਨ ਦਾ ਸਾਡੇ ਬੁੱਤ ਬੁੱਤ ਤੋੜਨ ਦੇ ਨੇ ਉਹਨਾਂ ਦੇ ਹਾਂ ਜੀ 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 ਬਿਲਕੁਲ ਉਹਨਾਂ ਦੀ ਪ੍ਰਤੀਬੰਧ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਬਹੁਤ ਮਾੜੀ ਗੱਲ ਹੈ ਇਹ ਕਿ ਜਿਹੜੇ ਵੀ ਸਾਡੇ ਰਹਿਬਰ ਨੇ ਜੇ ਕੁਝ ਕੁਝ ਕੀਤਾ ਹੈ ਸਾਡੇ ਵਾਸਤੇ ਹਮੇਸ਼ਾ ਉਹਨਾਂ ਦਾ ਸਤਿਕਾਰ ਕਰੋ ਹਮੇਸ਼ਾ ਮਾਣ ਕਰੋ ਸਾਡੇ ਰਹਿਬਰਾਂ ਬਾਰੇ ਬਹੁਤਾ ਦੱਸਿਆ ਹੀ ਨਹੀਂ ਜਾਂਦਾ ਉਹਨਾਂ ਨੂੰ ਤਾਂ ਵੱਧ ਤੋਂ ਵੱਧ ਇਹ ਹੈ ਕਿ ਇਹਨਾਂ ਬਾਰੇ ਨਾਲ ਹੀ ਬਹੁਤੀ ਜਾਣਕਾਰੀ ਮਿਲੇ ਚਲੋ ਹੁਣ ਸਾਡਾ ਸਮਾਜ ਥੋੜਾ ਆ ਰੋਟੀ ਪਾਣੀ ਪਾਣੀ ਖਾਣ ਲੱਗਾ ਚੰਗੇ ਛੱਗੇ ਪਾਉਣ ਲੱਗੇ ਆ ਥੋੜੇ ਥੋੜੇ ਆਪਣੇ ਆਪ ਮਾਲਕ ਨੇ ਹੁਣ ਸਾਡੇ ਹੱਥ ਸਾਡੇ ਲੋਕ ਪੜ ਪੜ ਲਿਖ ਕੇ ਆਏ ਨੇ ਉਹਦੀਆਂ ਜੋਬਾਂ ਕਰਦੇ ਨੇ ਨੌਕਰੀਆਂ ਲੱਗ ਗਈਆਂ ਨੇ ਤੇ ਹੌਲੀ ਹੌਲੀ ਚੇਂਜ ਹੋ ਰਿਹਾ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਕੁਰਬਾਨੀ ਹੈ ਬਾਬਾ ਸਭ ਡਾਕਟਰ ਅੰਬੇਦਕਰ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਹੱਥਾਂ ਦੇ ਵਿੱਚੋਂ ਰੰਬਾ ਔਰ ਟੱਲਾ ਛਾ ਕੇ ਔਰ ਸਾਡੇ ਹੱਥ ਦੇ ਵਿੱਚ ਪੈਨ ਫੜਾਇਆ ਕਿਉਂਕਿ ਬਾਬਾ ਸਭ ਡਾਕਟਰ ਅੰਬੇਦਕਰ ਸਾਹਿਬ ਗੰਨ ਸਾਹਿਬ ਮੈਂ ਤੁਹਾਡੀ ਨੌਲੇਜ ਵਿੱਚ ਵੀ ਇਹ ਗੱਲ ਕਿਉਂਕਿ ਤੁਸੀਂ ਸਟੇਜਾਂ ਦੇ ਵਿੱਚ ਜਾਂਦੇ ਹੋ ਲੋਕਾਂ 'ਚ ਵਿਚਰਦੇ ਹੋ ਔਰ ਲੋਕ ਤੁਹਾਡੀ ਗੱਲ ਸੁਣ ਕੇ ਉਹਨਾਂ ਤੇ ਅਮਲ ਵੀ ਕਰਦੇ ਆ ਬਿਲਕੁਲ ਹੈ ਜੀ ਕਿਉਂਕਿ ਆਮ ਕੋਈ ਬੰਦਾ ਇਹ ਗੱਲ ਕਵੇ ਤਾਂ ਲੋਕ ਨਹੀਂ ਵਾਲੇ ਉੱਤੇ ਗੌਰ ਕਰਨਗੇ ਜਦੋਂ ਤੁਸੀਂ ਇਹ ਗੱਲ ਸਟੇਜ ਤੋਂ ਕਹੋਗੇ ਔਰ ਲੱਖਾਂ ਦੀ ਕਤਾਰ ਦੇ ਵਿੱਚ ਮੋਰੇ ਸੰਗਤ ਬੈਠੀ ਹੁੰਦੀ ਹੈ ਤੁਹਾਡੀ ਜਦੋਂ ਤੁਸੀਂ ਕਹਿੰਦੇ ਜੇ ਲੱਖਾਂ ਦੇ ਵਿੱਚੋਂ ਦਸਾਂ ਤੇ ਵੀ ਇਹ ਅਸਰ ਹੋ ਗਿਆ ਕਿ ਆਪਾਂ ਚਾਹਾਂਗੇ ਜੋ ਸਾਡੇ ਰਹਿਵਰਾਂ ਦਾ ਸੁਪਨਾ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜਦੋਂ ਲੁਧਿਆਣੇ ਦੇ ਵਿੱਚ ਆਏ ਪਹਿਲੀ ਵਾਰ ਇਹ 1956 28 ਅਕਤੂਬਰ 1956 ਨੂੰ ਤੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਬਾਬਾ ਬ੍ਰਹਮਦਾਜੀ ਮਹਾਰਾਜ ਜਿਹੜੇ ਕਿ ਅਕਲਪੁਰ ਦੇ ਰਹਿੰਦੇ ਨੇ ਹਮਮ ਔਰ ਉਹਨਾਂ ਨੇ ਬਾਬਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮੂਰੇ ਦੋਨੇ ਹੱਥ ਜੋੜ ਕੇ ਖੜੇ ਹੋ ਗਏ ਹਮਮ ਔਰ ਬਾਬਾ ਸਾਹਿਬ ਕਹਿੰਦੇ ਮਹਾਰਾਜ ਤੁਸੀਂ ਮੇਰੇ ਮੂਰੇ ਹੱਥ ਕਿਉਂ ਜੋੜੇ ਆ ਕਹਿੰਦੇ ਪੀਮਾ ਸਾਨੂੰ ਤੇਰੇ ਤਾਂ ਇੱਕ ਕੰਮ ਆ ਕਿੰਦ ਦੱਸੋ ਕਹਿੰਦਾ ਜਿਹੜੇ ਮੇਰੀ ਕੌਮ ਦੇ ਹੱਥ ਮੇਰੇ ਧੀਆਂ ਪੈਣਾ ਦੇ ਹੱਥਾਂ ਦੇ ਵਿੱਚ ਰੰਬਾ ਔਰ ਟੱਲਾ ਫੜਿਆ ਨੂੰ ਚੜਾਉਂਦਾ ਔਰ ਬਾਬਾ ਸਾਹਿਬ ਕਹਿੰਦੇ ਤੁਸੀਂ ਇਹ ਗੱਲ ਮੈਨੂੰ ਕਿਉਂ ਕਹੀ ਹੈ ਕਹਿੰਦੇ ਕਿ ਤੇਰੇ ਤੋਂ ਸੋਏ ਕੋਈ ਵੀ ਮਹੀਦਾ ਲਾਲੇ ਇਸ ਰੰਬੇ ਔਰ ਟੱਲੇ ਨੂੰ ਨਹੀਂ ਚੜਾ ਸਕਦਾ ਜੇ ਅੱਜ ਕੰਠਕਲੇਰ ਜੀ ਵੀ ਅੱਜ ਪੀਟੀਸੀ ਤੇ ਬੋ ਰਹਿ ਨੇ ਅੱਜ ਜੱਜਸ ਵਾਂ ਕੇ ਬੈਠੇ ਨੇ ਔਰ ਬੱਚਿਆਂ ਨੂੰ ਇਨਾ ਮਾਣ ਔਰ ਸਤਿਕਾਰ ਦਿੰਦੇ ਹੋ ਔਰ ਅੱਜ ਕ੍ਰਾਂਤੀ ਟੀਵੀ ਤੇ ਵੀ ਤੁਸੀਂ ਅੱਜ ਬੋ ਰਿਹਾ ਹੋ ਇਹ ਸਿਰ ਬਾਬਾ ਸਾਹਿਬ ਦੀ ਬਦੌਲਤ ਗੁਰੂ ਰਵਿਦਾਸ ਮਹਾਰਾਜ ਦੀ ਬਦੌਲਤ ਜਿਹੜਾ ਜਾਂਦੇ ਆਪਾਂ ਝੂਟ ਰਹੇ ਨੇ ਔਰ ਇੱਕ ਤੁਹਾਡਾ ਹੋਰ ਬਹੁਤ ਵਧੀਆ ਸੌਂਗ ਆਇਆ ਸੀਗਾ ਕਿ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰਖ ਚਰਨਾਂ ਦੇ ਨੇੜੇ ਔਰ ਕੰਨ ਸਾਹਿਬ ਅੱਜ ਕ੍ਰਾਂਤੀ ਟੀਵੀ ਨੇ ਇੱਕ ਹੋਰ ਪਰਨ ਕੀਤਾ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਨਸ਼ਾ ਆ ਅਸੀਂ ਉਸ ਨਸ਼ੇ ਨੂੰ ਮੁਕਤ ਕਰਨਾ ਹੈ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਤੁਸੀਂ ਆਪਣੇ ਚਾਣ ਵਾਲਿਆਂ ਨੂੰ ਔਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਬਾਰੇ ਕੀ ਕਹੋਗੇ ਮੈਂ ਹਮੇਸ਼ਾ ਹੀ ਨਾ ਤੇ ਜ਼ਿੰਦਗੀ 'ਚ ਮੈਂ ਕਦੇ ਖੁਦ ਆਪ ਕੋਈ ਨਸ਼ਾ ਕੀਤਾ ਕਦੇ ਵੀ ਕੋਈ ਪਾਨ ਨਹੀਂ ਕੋਈ ਚੁਟਕੀ ਨਹੀਂ ਕੋਈ ਬੀੜੀ ਨਹੀਂ ਕੋਈ ਸਿਗਰਟ ਨਹੀਂ ਕੋਈ ਸ਼ਰਾਬ ਨਹੀਂ ਕਦੇ ਇਦਾਂ ਦਾ ਕੋਈ ਨਸ਼ਾ ਨਹੀਂ ਕੀਤਾ ਮੈਂ ਕਹਿੰਦਾ ਉਹਨਾਂ ਵੀ ਦੇਖੋ ਮੈਂ 20 ਸਾਲ ਹੋ ਗਏ ਮੇਰੇ ਕੈਰੀਅਰ ਨੂੰ ਜਿਹੜੇ ਮੇਰੇ ਨਾਲ ਦੇ ਆ ਜਿਹੜੇ ਕਹਿੰਦੇ ਹੁੰਦੇ ਯਾਰ ਦਾਰੂ ਪੀਣਾ ਇਹ ਹੁੰਦਾ ਉਹ ਥੋੜਾ ਜਿਹਾ ਮੇਰੇ ਨਾਲ ਦਿਲ ਟਕੜਿਆ ਮੈਂ ਜੇ ਕੋ ਠੀਕ ਲੱਗ ਸੀ ਸੋ ਇਦਾਂ ਨਹੀਂ ਹੈ ਜੇ ਨਸ਼ਾ ਨਸ਼ਾ ਕਿਸੇ ਨੂੰ ਪਾਉਣ ਦਾ ਆਪਣੀ ਮੰਜ਼ਲ ਨੂੰ ਹਾਸਲ ਕਰਨ ਦਾ ਇਹ ਕੋਈ ਵੀ ਜਨੂਨ ਹੈ ਨਾ ਜਨੂਨ ਜਨੂਨ ਨਸ਼ਾ ਹੋਈ ਹੈ ਕਿ ਜਨੂਨ ਹੋਣਾ ਚਾਹੀਦਾ ਕੁਝ ਕਰਨ ਦਿਖਾਉਣ ਦਾ ਕੁਝ ਕਰਨ ਦਾ ਕੁਝ ਪਾਉਣ ਦਾ ਨਸ਼ਾ ਕਰਨਾ ਤਾਂ ਉਹ ਕਰੋ ਕਿ ਮੈਂ ਆ ਬਣਨਾ ਬਈ ਮੈਂ ਆ ਕਰਕੇ ਦਿਖਾਉਣਾ ਸਾਡੇ ਅੰਦਰ ਵੀ ਕਾਗਜ਼ ਸੀ ਇੱਕ ਜਨੂਨ ਸੀ ਕਿ ਨਸ਼ਾ ਸੀ ਪਤਾ ਸੀ ਕਿ ਕਿਸੇ ਨੇ ਬਾਹ ਨਹੀਂ ਫੜਨੀ ਕਿਸੇ ਨੇ ਸਾਥ ਨਹੀਂ ਦੇਣਾ ਲੋਕ ਕਮਲਾ ਕਹਿੰਦੇ ਸੀ ਮੈਨੂੰ ਪਰ ਇਹ ਤਾਂ ਸ਼ਦਾਈ ਹੈ ਇਹ ਤਾਂ ਕਮਲਾ ਹੋ ਜਾਣਾ ਕਦੀ ਕਿਸੇ ਪਿੱਛੇ ਕਦੀ ਕਿਸੇ ਪਿੱਛੇ ਤੁਰਾ ਫਿਰਦਾ ਸੋ ਮਿਹਨਤ ਨਹੀਂ ਛੱਡੀ ਉਹ ਮਿਹਨਤ ਦਾ ਨਸ਼ਾ ਹੋਰ ਕਰਦੇ ਸੀ ਜਿੱਥੇ 4 ਘੰਟੇ ਸੀ ਨਾ 2 ਘੰਟੇ ਹੋਰ ਵਧਾਉਂਦੇ ਉਹ ਨਸ਼ਾ ਹੋਰ ਵਧਾਉਂਦੇ ਗਏ ਤੇ ਅੱਜ ਮਾਲਕ ਨੇ ਸਭ ਕੁਝ ਦਿੱਤਾ ਸੋ ਨਸ਼ਾ ਕਰਨਾ ਤਾਂ ਮਾਲ ਇਹੋ ਕਰੋ ਕਿ ਆਪਣੀ ਮੰਜ਼ਿਲ ਨੂੰ ਪਾਉਣਾ ਇੱਕ ਜਨੂਨ ਇੱਕ ਅੱਗ ਤੁਹਾਡੇ ਅੰਦਰ ਹੋਣੀ ਚਾਹੀਦੀ ਵੈਸੇ ਮੈਂ ਨਸ਼ਿਆਂ ਦੇ ਖਿਲਾਫ ਕੁਝ ਨਾ ਕੁਝ ਬੋਲਦਾ ਰਹਿਣਾ ਕੁਝ ਨਾ ਕੁਝ ਗੀਤ ਵੀ ਮੈਂ ਤੁਹਾਨੂੰ ਸੁਣਾਉਣਾ ਉਹ ਮੈਂ ਗੀਤ ਇੱਕ ਬਣਾਇਆ ਹੋਰ ਮੈਂ ਹਰ ਸਟੇਜ ਤੇ ਗਾਉਣਾ ਜੀ ਆਖੀ ਹੋਈ ਸਿਆਣਿਆਂ ਦੀ ਗੱਲ ਦਾ ਬੁਰਾ ਨਾਮ ਨਾ ਸੁਣ ਪਾੜਿਆ ਆਖੀ ਹੋਈ ਸਿਆਣਿਆਂ ਦੀ ਗੱਲ ਦਾ ਬੁਰਾ ਨਾਮ ਨਾ ਹੀ ਸੁਣ ਪਾੜਿਆ ਉਹ ਨਸ਼ਿਆਂ ਤੋਂ ਰਹਿ ਜਵਾਨਾਂ ਬਚ ਕੇ ਮਾਪਿਆਂ ਦੀ ਅੱਖਾਂ ਦੇ ਆਤਾਰਾ ਨਸ਼ਿਆਂ ਤੋਂ ਰਹਿ ਜਵਾਨਾਂ ਬਚ ਕੇ ਮਾਪਿਆਂ ਦੀ ਅੱਖਾਂ ਦੇ ਆਤਾਰਾ ਬਹੁਤ ਬਹੁਤ ਧੰਨਵਾਦ ਕੰਠក្លੇਰ ਜੀ ਔਰ ਹਮੇਸ਼ਾ ਇਹ ਤੁਹਾਡੇ ਚਾਹਣ ਵਾਲੇ ਵੀ ਤੁਹਾਡੇ ਤੋਂ ਆਸ ਰੱਖਦੇ ਨੇ ਔਰ ਕ੍ਰਾਂਤੀ ਟੀਵੀ ਵੀ ਤੁਹਾਡੇ ਤੋਂ ਇਹੀ ਆਸ ਰੱਖਦਾ ਕਿ ਤੁਸੀਂ ਸਮਾਜ ਨੂੰ ਵੇ ਵਧੀਆ ਤੋਂ ਵਧੀਆ ਸੇਧ ਦੋ ਔਰ ਇੱਕ ਬਿੱਡਿਆਂ ਦੀ ਗੱਲ ਕੀਤੀ ਹੈ ਸਾਡੇ ਡਰਾਈਵਰਾਂ ਨੇ ਔਰ ਤੁਸੀਂ ਵੀ ਪੜ੍ਹੇ ਲਿਖੇ ਹੋ ਔਰ ਅੱਜ ਪੜ੍ਹੇ ਲਿਖੇ ਤੁਸੀਂ ਵੀ ਬਹੁਤ ਬਲੰਦੀਆਂ ਨੂੰ ਸ਼ੂਆ ਹੋਇਆ ਔਰ ਆ ਆਉਣ ਵਾਲੇ ਸਾਡੀ ਜਨਰੇਸ਼ਨ ਨੂੰ ਤੁਸੀਂ ਪੜਾਈ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਜੇ ਬਹੁਤਾ ਪੜ ਨਹੀਂ ਸਕਿਆ ਮੈਂ ਸੱਚੀ ਗੱਲ ਦੱਸਾਂ ਕਿ ਮੇਰੀ ਇੱਛਾ ਬੜੀ ਸੀ ਮੈਂ ਪੜਾਂ ਜੀ ਪਰ ਮੇਰੇ ਘਰ ਦੇ ਕੁਝ ਹਾਲਾਤ ਇਦਾਂ ਦੇ ਸੀ ਕਿਉਂਕਿ ਘਰ ਚੋਂ ਵੱਡਾ ਮੈਂ ਸੀ ਜੀ ਤੇ ਮਮ ਡੈਡ ਨੂੰ ਇਹ ਹੁੰਦਾ ਸੀ ਕਿ ਇਹ ਹੁਣ ਥੋੜਾ ਜਿਹਾ ਵੱਡਾ ਹੋਇਆ ਉਹ ਸਾਡਾ ਆਸਰਾ-ਬਾਸਰਾ ਬਣੇ ਜਿਹੜੀ ਸਿੱਧੀ ਗੱਲ ਸਾਡੇ ਘਰਾਂ 'ਚ ਹੁੰਦਾ ਕਿ ਮਾੜੀ-ਮੋਟੀ ਕੋਈ ਜੌਬ-ਜੂਬ ਕਰ ਪੁੱਤ ਕੁਝ ਕਰ ਕੁਝ ਆਪਣੇ ਘਰ ਦੇ ਹਾਲਾਤ ਸੁਧਰਨ ਇਸ ਕਰਕੇ ਮੈਂ ਉਹ ਪੜਿਆ ਵੀ ਜਿਹੜਾ ਉਹ ਮੈਸਰਪੀਜੀਫੇ ਤੇ ਪੜ ਜੀਫਾ ਜਿਹੜਾ ਮਿਲਦਾ ਹੁੰਦਾ ਸੀ ਜਦੋਂ ਮੈਂ ਗਿਆ ਪਹਿਲੀ ਵਾਰੀ ਕਾਲਜ ਦੇ ਵਿੱਚ ਤੇ ਮੈਨੂੰ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਬੁਲਾਇਆ ਜੀ ਤੇ ਕਹਿੰਦੇ ਵੀ ਅੱਗੇ ਬੇਟਾ ਕੀ ਤੇਰੀ ਤਿਆਰੀ ਮੈਂ ਕਿਹਾ ਸ਼ਾਇਦ ਸਰ ਮੈਂ ਅੱਗੇ ਨਾ ਪੜ ਪਾਉਂ ਜੀ ਜੀ ਕਹਿੰਦੇ ਕਿਉਂ ਮੈਂ ਕਿਹਾ ਜੀ ਮੈਂ ਜਿਹੜੀ ਤੁਹਾਡੀ ਦਾਖਲਾ ਫੀਸ ਹੈ ਕਾਲਜ ਦੀ ਉਹ ਨਹੀਂ ਦੇ ਸਕਦਾ ਜੀ ਉਹ ਦੋ ਚਾਰ ਵਾਰੀ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਵੀ ਯਾਰ ਮੁੰਡਾ ਗਾਉਂਦਾ ਵਧੀਆ ਹੈ ਤਾਂ ਜੇ ਆਪਾਂ ਇਹਨੇ ਇੰਟਰ ਕਾਲਜਾਂ ਚ ਭੇਜਾਂਗੇ ਤੇ ਮੁਕਾਬਲੇ ਚ ਜਿੱਤ ਕੇ ਆਉ ਜ਼ਰੂਰ ਜੀ ਉਹਨਾਂ ਨੇ ਮੈਨੂੰ ਫ੍ਰੀ ਪੜਾਇਆ ਸੋ ਮੈਂ ਪੜ ਵੀ ਤਾਂ ਹੀ ਸਕਿਆ ਉੱਥੇ ਤਾਂ ਹੀ ਕਿ ਜੇ ਉਹ ਮੈਨੂੰ ਫ੍ਰੀ ਪੜਾਉਂਦੇ ਸੀ ਨਹੀਂ ਤਾਂ ਮੈਂ ਉਹ ਵੀ ਨਾ ਪੜਦਾ। ਸੋ ਬਾਕੀ ਆ ਕੇ ਪੜਨਾ ਬਹੁਤ ਜ਼ਰੂਰੀ ਆ। ਅੱਜ ਸਾਡੀ ਔਲਾਦ ਗਾਂ ਬੱਚੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਚੰਗੇ ਸਕੂਲਾਂ ਵਿੱਚ ਪੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪੜਾਉਨੇ ਆ। ਹੁਣ ਜਿੱਥੇ ਕਿਤੇ ਕਿਤੇ ਕਿਸੇ ਨੂੰ ਮਦਦ ਦੀ ਲੋੜ ਹੋਵੇ ਜੇ ਮਾਲਕ ਨੇ ਬਖਸ਼ਿਆ ਤਾਂ ਉਹ ਵੀ ਕਰੀਦੀ ਆ ਔਰ ਕਰਨਾ ਵੀ ਚਾਹੀਦਾ ਜੇ ਨੂੰ ਮਾਲਕ ਨੇ ਇਹ ਸਾਰਾ ਕੁਝ ਮਾਲਕ ਦਾ ਜੇ ਨਾ ਦਿੰਦਾ ਤੇ ਕਿੱਥੋਂ ਕਰਨ ਜੋਗੇ ਸੀ। ਸੋ ਪੜਨਾ ਬਹੁਤ ਜ਼ਰੂਰੀ ਆ ਖਾਸ ਕਰਕੇ ਹਰ ਇੱਕ ਕੌਮ ਨੂੰ ਹੀ ਵੇ ਸਾਡੀ ਦਬਲੀ ਜਿਹੜੀ ਕੁਛਲੀ ਕੌਮ ਆ ਉਹਨੂੰ ਤਾਂ ਬਹੁਤ ਜ਼ਰੂਰੀ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਔਰ ਸਾਡੇ ਵੀਰਾਂ ਨੂੰ ਜੀ ਦੱਬ ਕੇ ਪੜਨਾ ਚਾਹੀਦਾ ਇਹ ਜਿਹੜੀ ਨੌਲੇਜ ਹੈ ਨਾ ਇਹ ਇਹੀ ਸਾਨੂੰ ਅੱਗੇ ਲਿਜਾ ਸਕਦੀ ਜੀ ਜਦੋਂ ਅਸੀਂ ਪੜ ਗਏ ਜਾਣ ਲਿਆ ਸਾਰਾ ਕੁਝ ਅਸੀਂ ਉਹਨਾਂ ਚਿਰ ਕਮਜ਼ੋਰ ਆ ਜਿੰਨਾ ਚਿਰ ਅਸੀਂ ਸਾਨੂੰ ਕਿਸੇ ਗੱਲ ਦੀ ਨੌਲੇਜ ਹੀ ਨਹੀਂ ਜਦੋਂ ਸਾਨੂੰ ਨੌਲੇਜ ਹੋ ਗਈ ਹਰ ਇੱਕ ਗੱਲ ਦੀ ਸਾਨੂੰ ਪਤਾ ਲੱਗ ਗਿਆ ਅਸੀਂ ਉਸ ਬਾਰੇ ਗੱਲ ਕਰਾਂਗੇ ਉਸ ਬਾਰੇ ਬੋਲਾਂਗੇ ਬੋਲਾਂਗੇ ਤਾਂ ਆਪਣੇ ਹੱਕ ਬਾਰੇ ਵੀ ਗੱਲ ਕਰਾਂਗੇ ਤੇ ਜੇ ਸਾਨੂੰ ਪੜੇ ਲਿਖੇ ਨਹੀਂ ਸਾਨੂੰ ਪਤਾ ਹੀ ਕੁਝ ਨਹੀਂ ਅਸੀਂ ਕੀ ਲੜਾਂਗੇ ਕੀ ਬੋਲਾਂਗੇ ਤੇ ਕੀ ਸੋਚਾਂਗੇ ਸੋ ਪੜਨਾ ਲਿਖਣਾ ਬਹੁਤ ਜ਼ਰੂਰੀ ਹੈ ਇਸ ਦੀਵੇ ਦੀ ਲੋ ਬਜਾਉਣ ਖਾਤਰ ਲਾਇਆ ਜੋਰ ਬਥੇਰੇ ਹਨੇਰਿਆਂ ਨੇ ਫਿਰ ਵੀ ਆਪਣੇ ਗਿਆਨ ਪ੍ਰਕਾਸ਼ ਦੀਆਂ ਕਿਰਨਾਂ ਦੁਨੀਆ ਵਿੱਚ ਵਖੇਰੀਆਂ ਨੇ ਉਹਨੂੰ ਕਿਹਾ ਸਿੰਬਲ ਆਫ ਦਾ ਨੌਲੇਜ ਸਹਿਜਲ ਹੋਰ ਵੀ ਗੱਲਾਂ ਬਥੇਰੀਆਂ ਨੇ ਜੇਕਰ ਅੱਜ ਸਟੇਜਾਂ ਤੇ ਗੱਜਦੇ ਆਂ ਭੀਮਾ ਇਹ ਵੀ ਵਡਿਆਈਆਂ ਤੇਰੀਆਂ ਨੇ ਭੀਮਾ ਇਹ ਵੀ ਵਡਿਆਈਆਂ ਤੇਰੀਆਂ ਨੇ ਜੈ ਗੁਰਦੇਵ ਤਨ ਗੁਰਦੇਵ ਜੈ ਪੀਮ ਜੈ ਪਰ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਜੈ ਗੁਰਦੇਵ ऐसे ਸਾਡਾ ਪ੍ਰੋਗਰਾਮ ਕੌਮ ਦੇ ਹੀਰੇ ਜਿਸ ਨੂੰ ਤੁਸੀਂ ਬਹੁਤ ਮਾਨ ਸਤਿਕਾਰ ਦੇ ਰਹੇ ਹੋ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਸ਼ਖਸੀਅਤ ਨੂੰ ਆਪ ਜੀ ਨਾਲ ਰੂਬਰੂ ਕਰਵਾ ਮੰਗੇ ਜੈ ਗੁਰਦੇਵ ਜੈ ਭੀਮ